ਪੰਜਾਬੀ ਆਡੀਓ ਬੁੱਕ ਸੁਣ ਰਹੇ ਸਾਰੇ ਸਰੋਤਿਆਂ ਨੂੰ ਫਤਿਹ ਅਰਜ਼ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਰੂ ਕਰਦੇ ਹਾਂ ਇਸ ਕਿਤਾਬ ਦਾ ਅਖੀਰਲਾ ਭਾਗ, 12ਵਾਂ ਨੰਬਰ, ਮੰਤਰ ਯੰਤਰ ਗ੍ਰਹਿ। ਹਿੰਦੂ ਮਤ ਵਿੱਚ ਮੰਤਰ ਯੰਤਰ ਗ੍ਰਹਿ ਪੂਜਾ ਆਦਿ ਕਰਮਾਂ ਤੋਂ ਅਨੇਕ ਪ੍ਰਕਾਰ ਦੀ ਕਾਰਯ ਸਿੱਧੀ ਮੰਨੀ ਗਈ ਹੈ। ਯਥਾ ਮੰਤਰਾਂ ਦੇ ਬਲ ਕਰਕੇ ਰਿਧੀ ਸਿੱਧੀ ਮਿਲ ਸਕਦੀ ਹੈ, ਸ਼ਤਰੂਆਂ ਦਾ ਨਾਸ ਹੋ ਜਾਂਦਾ ਹੈ, ਦੇਵਤੇ ਵਸ ਹੁੰਦੇ ਹਨ। ਮੰਤਰ ਜੰਤਰ ਤੰਤਰ ਦੁਆਰਾ ਮਨ ਵਾਂਛਿਤ ਫਲ ਮਿਲ ਸਕਦੇ ਹਨ। ਦੂਜਾ, ਜੋ ਗ੍ਰਹਿਾਂ ਦੀ ਰੋਜ਼ ਪੂਜਾ ਕਰਦਾ ਹੈ ਉਸ ਨੂੰ ਕੋਈ ਰੋਗ ਨਹੀਂ ਹੁੰਦਾ, ਧਨ ਬਹੁਤ ਮਿਲਦਾ ਹੈ, ਸੋ ਇਸਤਰੀਆਂ ਭੋਗਣ ਵਾਲਾ ਹੁੰਦਾ ਹੈ ਔਰ ਉਮਰ ਬਹੁਤ ਲੰਮੀ ਹੋ ਜਾਂਦੀ ਹੈ। ਗੁਰਮਤ ਵਿੱਚ ਇਹ ਪਾਖੰਡ ਜਾਲ ਨਿਸਫਲ ਕਥਨ ਕੀਤਾ ਗਿਆ ਹੈ। ਯਥਾ ਤਤ ਮਤ ਪਾਖੰਡ ਨਾ ਜਾਣਾ, ਰਾਮ ਹਿਰਦੈ ਮਨ ਮਾਨਿਆ। ਦੂਜਾ, ਮਨਮੁਖ ਭਰਮ ਭਵੇ ਬੈ ਬਾਣ, ਵੇ ਮਾਰਗ ਮੂਸੇ ਮੰਤਰ ਮਸਾਣ, ਸ਼ਬਦ ਨਾ ਚੀਨੈ ਲਵੈ ਕੁਬਾਣ, ਨਾਨਕ ਸਾਚਰਤੇ ਸੁਖ ਜਾਣ। ਤੀਜਾ, ਨਾਨਕ ਉਦਰੇ ਨਾਮ ਪੁਨਹੋ ਚਾਰ, ਅਵਰ ਕਰਮ ਲੋਕੈ ਪਤਿਆਰ। ਚੌਥਾ, ਸਤ ਸੰਤੋਖ ਦਇਆ ਧਰਮ ਸੁਚ, ਸੰਤਨ ਤੇ ਇਹ ਮਤ ਲਈ। ਯੰਤਰ ਮੰਤਰ ਆਦਿਕ ਵਹਿਮਾਂ ਬਾਬਤ ਭਾਈ ਗੁਰਦਾਸ ਜੀ ਲਿਖਦੇ ਹਨ, ਰਿੱਧ ਸਿੱਧ ਨਿੱਧ ਪਾਖੰਡ ਬਹੁ, ਤੰਤਰ ਮੰਤਰ ਨਾਟਕ ਅਗਲੇਰੇ, ਵੀਰਾ ਰਾਧਨ ਜੋਗਣੀ ਮੜੀ ਮਸਾਣ ਵਿਢਾਣ ਕਨੇਰੇ, ਸਾਧ ਸੰਗਤ ਗੁਰ ਸ਼ਬਦ ਵਿਣ ਥਾਉ, ਨਾ ਪਾਇਨ ਭਲੇ ਭਲੇਰੇ, ਕੂੜ ਇੱਕ ਗੰਡੀ ਸੌ ਫੇਰੇ। ਦੂਜਾ, ਦੇਵੀ ਦੇਵ ਨਾ ਸ਼ੇਵਕਾ ਤੰਤ, ਨਾ ਮੰਤ ਨਾ ਫੁਰਨ ਵਿਚਾਰੇ, ਗੁਰਮੁਖ ਪੰਥ ਸੁਹਾਵੜਾ, ਧੰਨ ਗੁਰੂ ਪਿਆਰੇ। ਤੀਜਾ, ਤੰਤਰ ਮੰਤਰ ਪਾਖੰਡ ਕਰ, ਕਲੈ ਕਰੋਧ ਬਹੁ ਵਾਦ ਵਧਾਵੈ, ਫੋਕਟ ਧਰਮੀ ਭਰਮ ਭੁਲਾਵੈ। ਚੌਥਾ, ਤੰਤ ਮੰਤ ਰਸਾਇਣਾ, ਕਰਾ ਮਾਤ ਕਾਲਖ ਲਪਟਾਏ, ਕਲਯੁਗ ਅੰਦਰ ਭਰਮ ਭੁਲਾਏ। ਪੰਜਵਾਂ, ਤ੍ਰਿਗ ਜਿਹਬਾ ਗੁਰ ਸ਼ਬਦ ਵਿਣ, ਹੋਰ ਮੰਤਰ ਸਿਮਰਣੀ। ਛੇਵਾਂ, ਤੰਤ ਮੰਤ ਪਾਖੰਡ ਲਖ, ਬਾਜੀਗਰ ਬਾਜਾਰੀ ਨੰਗੇ, ਗੁਰਸਿੱਖ ਦੂਜੇ ਭਾਵੋ ਸੰਗੇ। ਸ਼ਬਦ ਸੁਰਤ ਲਿਵ ਮੂਲ ਮੰਤਰ, ਆਨ ਤੰਤਰ ਮੰਤਰ ਕੀ, ਨਾ ਸਿੱਖਣ ਪ੍ਰਤੀਤ ਹੈ। ਦਬਿਸਤਾਨ ਮਜਾਹਬ ਵਿੱਚ ਲਿਖਿਆ ਹੈ, ਸਿੱਖ ਹਿੰਦੂਆਂ ਦੇ ਮੰਤਰ ਨਹੀਂ ਪੜ੍ਹਦੇ ਔਰ ਸੰਸਕ੍ਰਿਤ ਜ਼ਬਾਨ ਨਾਲ, ਜਿਸ ਨੂੰ ਬ੍ਰਾਹਮਣ ਦੇਵਤਿਆਂ ਦੀ ਬੋਲੀ ਆਖਦੇ ਹਨ, ਕੁਝ ਸਰੋਕਾਰ ਨਹੀਂ ਰੱਖਦੇ। ਗ੍ਰਹਿ ਔਰ ਨਛੱਤਰਾਂ ਸੰਬੰਧੀ ਸਿੱਖ ਧਰਮ ਦੀ ਰਾਏ, ਸੂਖ ਸਹਿਜ ਆਨੰਦ ਘਣਾ ਹਰ ਕੀਰਤਨ ਗਾਓ, ਗ੍ਰਹਿ ਨਿਵਾਰੈ ਸਤਿਗੁਰੂ ਦੇ ਆਪਣਾ ਨਾਓ। ਭਾਈ ਨੰਦ ਲਾਲ ਸਾਹਿਬ ਤੋਸ਼ੀ ਫੋਸ਼ਨਾ ਵਿੱਚ ਲਿਖਦੇ ਹਨ ਕਿ ਅਕਾਲ ਪੁਰਖ ਨੇ ਸਤਿਗੁਰਾਂ ਨੂੰ ਭਰਮ ਔਰ ਦੁਵਿਧਾ ਦੇ ਦੂਰ ਕਰਨ ਲਈ ਸੰਸਾਰ ਪਰ ਇਹ ਆਗਿਆ ਦੇ ਕੇ ਭੇਜਿਆ ਹੈ। ਗੁਰੂ ਨਾਨਕ ਸਾਹਿਬ ਨੂੰ ਵਾਹਿਗੁਰੂ ਨੇ ਹੁਕਮ ਦਿੱਤਾ ਕਿ ਤੂੰ ਸੰਸਾਰ ਵਿੱਚ ਮੇਰੇ ਸਿਮਰਨ ਦਾ ਰਸਤਾ ਲੋਕਾਂ ਨੂੰ ਦਿਖਾ ਔਰ ਮੇਰਾ ਕੀਰਤਨ ਸਭ ਨੂੰ ਸੁਣਾ। ਤੂੰ ਸਾਰੀ ਦੁਨੀਆ ਨੂੰ ਰਸਤਾ ਦਿਖਾਉਣ ਵਾਲਾ ਹੈ ਔਰ ਸਭ ਨੂੰ ਨਿਸ਼ਚਾ ਕਰਾ ਕਿ ਇਹ ਤੁੱਛ ਸੰਸਾਰ ਮੈਥੋਂ ਬਿਨਾਂ ਇੱਕ ਜੌਂ ਦੇ ਬਰਾਬਰ ਵੀ ਕੀਮਤ ਨਹੀਂ ਰੱਖਦਾ। ਮੈਨੂੰ ਭੁੱਲ ਕੇ ਸੰਸਾਰ ਗੁੰਮਰਾਹ ਹੋ ਗਿਆ ਹੈ ਔਰ ਮੇਰੇ ਜਾਦੂਗਰ ਅਹਿਲੇ ਕਮਾਲ ਪੂਰਨ ਪੁਰਖ ਪਾਖੰਡੀ ਬਣ ਬੈਠੇ ਹਨ। ਜੇਕਰ ਉਹ ਮੁਰਦਿਆਂ ਨੂੰ ਜਿਵਾ ਦੇਣ ਅਤੇ ਜਿਉਂਦਿਆਂ ਨੂੰ ਮਾਰ ਦੇਣ ਦੀ ਸਮਰੱਥਾ ਰੱਖਣ ਅਤੇ ਅਣਹੋਣੀ ਨੂੰ ਹੋਣੀ ਕਰ ਦਿਖਾਉਣ ਔਰ ਕੁਦਰਤ ਦੀ ਰਚਨਾ ਨੂੰ ਵੀ ਪਲਟਾ ਦੇ ਦੇਣ, ਤਾਂ ਵੀ ਉਹ ਆਤਮਦਰਸ਼ੀ ਔਰ ਪਵਿੱਤਰ ਆਤਮਾ ਨਹੀਂ ਕਹੇ ਜਾ ਸਕਦੇ। ਸਗੋਂ ਅਜਿਹੇ ਲੋਕ ਕੇਵਲ ਚੇਟਕੀ ਔਰ ਪਖੰਡੀ ਕਹੇ ਜਾਂਦੇ ਹਨ। ਤੂੰ ਉਹਨਾਂ ਨੂੰ ਮੇਰੀ ਤਰਫ ਦਾ ਰਾਹ ਦਿਖਾ, ਜਿਸ ਕਰਕੇ ਉਹ ਮੇਰੇ ਹੁਕਮਾਂ ਨੂੰ ਸੁਣ ਕੇ ਧਾਰਨ ਕਰਨ ਔਰ ਮੇਰੇ ਨਾਮ ਨੂੰ ਛੱਡ ਕੇ ਹੋਰ ਕਿਸੇ ਦੇ ਫਰੇਬ ਵਿੱਚ ਨਾ ਆਉਣ ਔਰ ਮੇਰੇ ਦਰਵਾਜ਼ੇ ਨੂੰ ਛੱਡ ਕੇ ਹੋਰ ਕਿਸੇ ਵੱਲ ਨਾ ਜਾਣ। ਪਾਖੰਡੀ ਲੋਕ ਨਛੱਤਰ ਔਰ ਗ੍ਰਹਿਾਂ ਦੀ ਕੁੰਡਲੀਆਂ ਬਣਾਉਂਦੇ ਹਨ ਔਰ ਦਿਨਾਂ ਦੇ ਭਲੇ ਬੁਰੇ ਫਲ ਮੰਨ ਕੇ ਉਹਨਾਂ ਤੋਂ ਸੁੱਖ ਦੁੱਖ ਦਾ ਹੋਣਾ ਸਮਝਦੇ ਹਨ। ਸ਼ੁਭ ਔਰ ਅਸ਼ੁਭ ਗ੍ਰਹਿਾਂ ਦੇ ਫਲ ਲਿਖਦੇ ਹਨ ਔਰ ਅਗਲੇ ਪਿਛਲੇ ਸਮੇਂ ਦਾ ਹਾਲ ਬਿਆਨ ਕਰਦੇ ਹਨ। ਐਸੇ ਭਰਮੀਆਂ ਨੂੰ ਮੇਰੇ ਧਿਆਨ ਵੱਲ ਲਿਆ ਤਾਂ ਕਿ ਮੇਰੇ ਨਾਮ ਤੋਂ ਛੁੱਟ ਹੋਰ ਕਿਸੇ ਨੂੰ ਉਹ ਆਪਣਾ ਮਿੱਤਰ ਨਾ ਬਣਾਉਣ। ਮੈਂ ਤੈਨੂੰ ਇਸੇ ਲਈ ਪੈਦਾ ਕੀਤਾ ਹੈ ਕਿ ਤੂੰ ਸੰਸਾਰ ਵਿੱਚ ਸਭ ਦਾ ਰਹਿਨੁਮਾ ਹੋਵੇ। ਤੂੰ ਮੈਥੋਂ ਬਿਨਾਂ ਦੂਜੇ ਦੀ ਮੁਹੱਬਤ ਉਹਨਾਂ ਦੇ ਦਿਲਾਂ ਤੋਂ ਦੂਰ ਕਰ
और सब नू सच्चे रस्ते पर लिया। भाई गुरदास जी ऐसे प्रसंग पर कथन करते हैं, गुरसिख संगत मिलाप को प्रताप ऐसो, पतिव्रत एक टेक दुविधा निवारी है, पूछत ना जोतक ओ वेद तिथवार कछ, ग्रह और नक्षत्र की ना शंका उतारी है। अध्याय 13 यज्ञ होम। मेरे प्रेमी हिंदू भाई, आप दे मत विच यज्ञ और होम दी अपार महिमा है और यज्ञ द्वारा सब कारजां दी सिद्धि मन्नी गई है। यथा यज्ञ सब फलां दे देण वाला है, यज्ञ करके ही देवते जिउंदे हन। जो पशु यज्ञ विच मारिया जांदा है ओह मारण वाले समेत स्वर्ग नूं प्राप्त हुंदा है। दूजा, ब्रह्मा जी ने पशु यज्ञ वास्ते ही बनाए हन। यज्ञ विच पशु मारण करके सारे संसार दा भला हुंदा है, इस लई हिंसा दा कोई दोष नहीं। यज्ञ वास्ते धान, जौ, दरख्त, पशु, पंछी और कछु आदिक जो नाश हुंदे हन ओह सब उत्तम योनियां नूं प्राप्त हुंदे हन। जो यज्ञ और श्राद्ध विच बलिदान किते हुए मांस नूं नहीं खांदा ओह मर के 21 जन्म ताईं सूर बनदा है। एक जरूरी फुटनोट, यजुर्वेद सारा यज्ञां दी महिमा और विधियां नाल भरिया होया है। वेदां दे समें यज्ञ तों वध के होर कोई उत्तम कर्म नहीं सी और यज्ञ जीवां दीआं गुरबानियां नाल होया करदे सन और लोकां दा इत्थों ताईं भरोसा सी कि यज्ञ द्वारा ही इंद्र आदिक पदवियां मिलदियां हन। हिंदुआं दा निश्चा है कि राक्षसां दा राज प्रताप तद नास होया सी जद विष्णु ने बुद्ध अवतार धार के यज्ञां दी निंदा कीती और अहिंसा धर्म दृढ़ाए। पुराणा विच ऐसे प्रसंग भी हन कि इंद्र ने लोकां नूं यज्ञ करदे देख के इस लई विघन कीते कि मते इह लोक यज्ञ पूर्ण होण करके मेरी पदवी लै लैण। इस प्रसंग की पुष्टि वास्ते देखो साडे लायक भाई की रचना वेद पड़ताल और खास करके वेदक कुर्बानियां, जिस तो आप पूर्ण निरसंदेह हो जाओगे। फुटनोट समाप्त। हिंदू मत दे यज्ञ परोपकार नूं मुख रख के नहीं होया करदे सै, बल्कि उना विच बड़ी स्वार्थ पूर्ता सी। यथा ब्राह्मण नूं जिस यज्ञ विच थोड़ी दक्षिणा मिले ओह ना करे। दूजा, थोड़ी दक्षिणा वाले यज्ञ नेत्र आदिक इंद्रियां, यस, स्वर्ग, उमर, मरे हुए दी कीर्ति, औलाद और पशु आदिका नूं नास कर देंदे हन, इस लई थोड़ी दक्षिणा वाला यज्ञ ना करे। हुण होम दी महिमा सुनो। अग विच जो आहुति पाई जांदी है ओह सूरज नूं पहुंचदी है और उस आहुति दा रस सूरज विचों बरखा होके टपकदा है, जिस तों अन्न पैदा हुंदा हन और परजा वधदी है। एक जरूरी फुटनोट, वेदां दी वड्डी तालीम होम है। जमाने दी चाल नूं वेख के अर्थां नूं उलटाउण वाले साधु दयानंद भी अपनी बुद्धि दे बल नाल वेदां विचों होम नूं नहीं कढ सके और मसला इह घड़िया कि होम नाल हवा साफ हुंदी है। इस विच शंशा नहीं कि जे गुगल, मुश्क, काफूर और चंदन जिहे पदार्थ जलाए जान तां जरूर हवा साफ हुंदी है, पर हिंदू मत विच जो हवन दी सामग्री दसी है उस नाल नहीं। गुगल आदिक दा जलाउणा तद तक ठीक है जे घर दे सारे कमरियां विच धूप दित्ती जावे, ना कि नदी दे किनारे लकड़ां फूक के और धुएं नाल अखां दा सत्यानाश करके। साधु दयानंद दे होम विषय बाबत मनोहर बचन सुनो। जंगल विच नदी दे किनारे सवेरे और आथने एक बर्तन विच जो 16 उंगल चौड़ा और इतना ही डूंगा होवे लकड़ां बाल के हवन करे, मंत्र पढ़ के आहुतियां देवे। हवन करके पवन शुद्ध हुंदी है। होम ना करन करके इसलिए पाप हुंदा है कि पुरश तों दुर्गंध पैदा होके हवा अशुद्ध हुंदी है, जिस तों बीमारियां फैलदियां हन। जे पुराने समय दी तरह हुण होम होवे तां हिंदुस्तान दे सारे रोग चले जान। खान नालों होम की ज्यादा वर्तना चाहिए। हरेक आदमी घट तो घट 6-6 मासे घी दियां 16 आहुतियां नित देवे। हुण आप इस पर विचार करो कि जे हवा शुद्ध करनी है तां हवन घर विच क्यों नहीं किया जाता। जंगल दी हवा तां पहला ही साफ है और हवन पात्र दे खास माप दी की लोड़ है। और क्या मंत्रा नाल हवा पर ज्यादा असर हुंदा है और बिना मंत्रा हवा घट साफ हुंदी है।
ਜਿਨ੍ਹਾਂ ਦੇਸ਼ਾਂ ਵਿੱਚ ਹੋਮ ਨਹੀਂ ਹੁੰਦਾ ਉਹਨਾਂ ਨਾਲ ਹੋਮੀਆਂ ਦੀ ਸਿਹਤ ਦਾ ਮੁਕਾਬਲਾ ਕਰਕੇ ਦੇਖੋ, ਜਿਸ ਤੋਂ ਇਸ ਅਨੋਖੇ ਮੰਤਕ ਦੀ ਆਪ ਨੂੰ ਕਦਰ ਮਾਲੂਮ ਹੋਵੇ। ਜੇ ਘਰ ਦਾ ਇੱਕ ਆਦਮੀ ਉੱਗਣ ਔਰ ਆਥਣ ਅੱਠ ਅੱਠ ਪੈਸਾ ਭਰ ਘੀ ਫੂਕੇ ਤਾਂ ਟੱਬਰ ਦੇ 10 ਆਦਮੀਆਂ ਨੂੰ 160 ਤੋਲੇ ਘੀ ਨਿਤ ਹਵਨ ਵਾਸਤੇ ਲੋੜੀਏ ਔਰ ਖਾਣ ਲਈ ਇਸ ਤੋਂ ਵੱਖਰਾ ਰਹਿਆ। ਪੰਡਿਤ ਦਯਾਨੰਦ ਨੇ ਹੋਮ ਵਿਧੀ ਨਾਲ ਜੋ ਹਿੰਦੁਸਤਾਨ ਦਾ ਭਲਾ ਸੋਚਿਆ ਹੈ, ਸਾਥੋਂ ਇਸ ਦੀ ਹਜ਼ਾਰ ਰਸਨਾ ਕਰਕੇ ਵੀ ਵਡਿਆਈ ਨਹੀਂ ਕੀਤੀ ਜਾਂਦੀ, ਖਾਸ ਕਰਕੇ ਵਰਤਮਾਨ ਕਾਲ ਵਿਖੇ ਜਦਕਿ ਘੀ 8 ਛਟਾਂਕ ਵੀ ਨਹੀਂ ਮਿਲਦਾ। ਫੁੱਟਨੋਟ ਸਮਾਪਤ। ਯੱਗ ਔਰ ਹੋਮ ਬਾਬਤ ਸਿੱਖ ਧਰਮ ਵਿੱਚ ਸਤਿਗੁਰਾਂ ਦੀ ਇਹ ਆਗਿਆ ਹੈ, ਹੋਮ ਜਗ ਤੀਰਥ ਕੀਏ ਵਿੱਚ ਹੋਮੈ ਬਦੇ ਵਿਕਾਰ, ਨਰਕ ਸੁਰਗ ਦੁਏ ਪੁੰਚਨਾ ਹੋਏ ਬਹੁਰ ਬਹੁਰ ਅਵਤਾਰ, ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ, ਨਾਨਕ ਕਹੇ ਸੁਣ ਰੇ ਮਨਾ ਕਰ ਕੀਰਤਨ ਹੋਏ ਉਧਾਰ। ਦੂਜਾ, ਹੋਮ ਜਗ ਜਪ ਤਪ ਸਭ ਸੰਜਮ, ਤਟ ਤੀਰਥ ਨਹੀਂ ਪਾਇਆ ਮਿਟਿਆ ਆਪ ਪਏ ਸਰਣਾਈ, ਗੁਰਮੁਖ ਨਾਨਕ ਜਗਤ ਤਰਾਇਆ। ਤੀਜਾ, ਹੋਮ ਜਗ ਸਭ ਤੀਰਥਾਂ ਪੜ ਪੰਡਿਤ ਥਕੇ ਪੁਰਾਣ, ਬਿਖ ਮਾਇਆ ਮੋਹ ਨਾ ਮਿਟਈ ਵਿੱਚ ਹੋਮੈ ਆਵਣ ਜਾਣ, ਸਤਿਗੁਰ ਮਿਲੀਐ ਮਲ ਉਤਰੀ ਹਰ ਜਪਿਆ ਪੁਰਖ ਸੁਜਾਣ, ਜਿਨ੍ਹਾਂ ਹਰ ਹਰ ਪ੍ਰਭ ਸੇਵਿਆ ਜਨ ਨਾਨਕ ਸਦ ਕੁਰਬਾਨ। ਚੌਥਾ, ਜਗ ਭੋਗ ਨਹੀਂ ਵੇਦ ਲਖ ਗੁਰਮੁਖ ਮੁਖ ਇੱਕ ਦਾਣਾ ਪਾਇਆ। ਪੰਜਵਾਂ, ਲਖ ਜਪ ਤਪ ਲਖ ਸੰਜਮਾਂ ਹੋਮ ਜਗ ਲਖ ਵਰਤ ਕਰੰਦੇ ਗੁਰਸਿੱਖੀ ਸੁਖ ਤਿਲ ਨਲ ਹੰਦੇ। ਛੇਵਾਂ, ਹੋਮ ਜਗ ਤਪ ਘਣੇ ਕਰ ਕਰ ਕਰਮ ਧਰਮ ਦੁਖ ਰੋਈ, ਵਸ ਨਾ ਆਵੇ ਧਾਮ ਦਾ ਅਨਖੰਡ ਪਖੰਡ ਵਿਗੋਈ। ਦੇਖੋ ਇਸੇ ਵਿਸ਼ੇ ਪਰ ਇਤਿਹਾਸਕ ਪ੍ਰਸੰਗ। ਪੈੜਾ ਚੰਡਾਲੀਆ ਤੇ ਜੇਠਾ ਸੇਠੀ ਗੁਰੂ ਅਰਜਨ ਜੀ ਦੀ ਸਰਨ ਗਏ। ਜੋ ਤੁਹਾਡੇ ਬਚਨ ਕਰਕੇ ਅਸੀਂ ਕਿਰਤ ਕਰਕੇ ਪ੍ਰਸਾਦ ਸਿੱਖਾਂ ਨਾਲ ਵਰਤਾਏ ਛਕਦੇ ਹਾਂ, ਪਰ ਅਸਾਂ ਨੂੰ ਬ੍ਰਾਹਮਣ ਕਹਿੰਦੇ ਹਨ, ਜੋ ਪਹਿਲੇ ਚੱਕੀ ਪੀਸਣ ਵਿੱਚ ਜੀ ਹਿੰਸਾ ਹੁੰਦੀ ਹੈ ਤੇ ਬਹੁੜੋ ਵਿੱਚ ਉਖਲੀ ਦੇ ਕੁੱਟਣ ਕਰਕੇ, ਚੁੱਲ੍ਹੇ ਦੇ ਤਪਾਣ ਕਰਕੇ, ਝਾੜੂ ਫੇਰਨ ਕਰਕੇ ਔਰ ਆਟੇ ਦੇ ਛਾਨਣ ਕਰਕੇ ਜਿਉਂ ਹਿੰਸਾ ਹੁੰਦੀ ਹੈ। ਅੱਗੋਂ ਦੇ ਅਸੀਂ ਦੇਵਤਿਆਂ ਨਿਮਿਤ ਹੋਮ ਆਹੂਤੀਆਂ ਅਗਨ ਵਿੱਚ ਡਾਲਦੇ ਹਾਂ, ਪਿੱਛੋਂ ਪ੍ਰਸ਼ਾਦ ਖਾਂਦੇ ਹਾਂ। ਜੇ ਤੁਸੀਂ ਆਹੂਤੀਆਂ ਨਹੀਂ ਕਰਦੇ ਤੁਹਾਡਾ ਪ੍ਰਸਾਦ ਕਿਉਂ ਕਰ ਪਵਿੱਤਰ ਹੁੰਦਾ ਹੈ? ਗੁਰੂ ਅਰਜਨ ਸਾਹਿਬ ਦਾ ਬਚਨ ਹੋਇਆ, ਤੁਸੀਂ ਪ੍ਰਿਥਵੇਂ ਗਰੀਬਾਂ ਸਿੱਖਾਂ ਨੂੰ ਪ੍ਰਸਾਦ ਛਕਾਵੋਗੇ ਤੇ ਆਪ ਵੀ ਅਰਦਾਸ ਕਰਕੇ ਵਾਹਿਗੁਰੂ ਦਾ ਨਾਮ ਲੈ ਕੇ ਮੁਖ ਪਾਵੋਗੇ ਤਾਂ ਵਾਹਿਗੁਰੂ ਤੁਹਾਡੇ ਪਰ ਪ੍ਰਸੰਨ ਹੋਵੇਗਾ ਤੇ ਸਭ ਵਿਘਨ ਨਾਸ ਹੁੰਦੇ ਹਨ। ਅਧਿਆਏ 14, ਸੰਸਕਾਰ ਔਰ ਚਿੰਨ੍ਹ। ਪਿਆਰੇ ਹਿੰਦੂ ਭਾਈ ਸਾਹਿਬ, ਉੱਪਰ 13 ਅੰਗਾਂ ਵਿੱਚ ਕਹੇ ਹੋਏ ਧਾਰਮਿਕ ਨਿਯਮਾਂ ਤੋਂ ਭਿੰਨ ਆਪ ਦੇ ਔਰ ਸਾਡੇ ਸੰਸਕਾਰ ਆਪਸ ਵਿੱਚ ਦਿਨ ਰਾਤ ਦਾ ਭੇਦ ਰੱਖਦੇ ਹਨ ਔਰ ਸਿੱਖ ਧਰਮ ਦੇ ਚਿੰਨ੍ਹ ਆਪ ਨਾਲੋਂ ਜੁਦੇ ਹੀ ਨਹੀਂ ਸਗੋਂ ਵਿਰੁੱਧ ਹਨ, ਔਰ ਅਸੀਂ ਆਪਣੇ 4 ਸੰਸਕਾਰ ਅਰਥਾਤ ਪਹਿਲਾ ਜਨਮ, ਦੂਜਾ ਅੰਮ੍ਰਿਤ, ਤੀਜਾ ਆਨੰਦ ਤੇ ਚੌਥਾ ਚਲਾਣਾ ਗੁਰਮਰਿਆਦਾ ਅਨੁਸਾਰ ਕਰਦੇ ਹਾਂ, ਜਿਸ ਵਿੱਚ ਹਿੰਦੂ ਮਤ ਦਾ ਜ਼ਰਾ ਵੀ ਦਖਲ ਨਹੀਂ। ਹੁਣ ਆਪ ਇਹਨਾਂ ਸਭਨਾਂ ਬਾਤਾਂ ਪਰ ਵਿਚਾਰ ਕਰਕੇ ਦੇਖ ਸਕਦੇ ਹੋ ਕਿ ਸਾਡਾ ਹਮ ਹਿੰਦੂ ਨਹੀਂ ਕਹਿਣਾ ਠੀਕ ਹੈ ਜਾਂ ਨਹੀਂ। ਹਿੰਦੂ, ਤੁਸੀਂ ਆਪਣੇ ਸੰਸਕਾਰ ਤਿਗੋ ਜੋਰੀ ਅਲੱਗ ਬਣਾ ਲਏ ਹਨ। ਗੁਰੂ ਸਾਹਿਬ ਦਾ ਕਿਤੇ ਹੁਕਮ ਨਹੀਂ ਕਿ ਸਿੱਖ ਹਿੰਦੂ ਸ਼ਾਸਤਰਾਂ ਅਨੁਸਾਰ ਸੰਸਕਾਰ ਨਾ ਕਰਨ ਔਰ ਆਪਣੀ ਵੱਖਰੀ ਗੁਰਮਰਿਆਦਾ ਥਾਪ ਲੈਣ। ਔਰ ਜੋ ਤੁਸੀਂ ਵਿਆਹ ਪਰ ਛੰਤ, ਘੋੜੀਆਂ, ਲਾਵਾਂ ਆਦਿਕ ਪੜ੍ਹਦੇ ਹੋ, ਉਹਨਾਂ ਵਿੱਚ ਕੇਵਲ ਪਰਮਾਰਥ ਦੀਆਂ ਗੱਲਾਂ ਹਨ, ਉਹ ਵਿਵਹਾਰ ਵਾਸਤੇ ਨਹੀਂ। ਸਿੱਖ, ਇਹ ਆਪ ਦਾ ਗਿਆਨ ਹੈ। ਸਿੱਖ ਜੋ ਕੁਛ ਕਰਦੇ ਹਨ ਸੋ ਸਤਿਗੁਰਾਂ ਦੇ ਹੁਕਮ ਅਨੁਸਾਰ ਕਰਦੇ ਹਨ, ਮਨ ਉਕਤ ਜ਼ਰਾ ਵੀ ਨਹੀਂ ਕਰਦੇ। ਅਸੀਂ ਆਪ ਨੂੰ 4 ਸੰਸਕਾਰਾਂ ਬਾਬਤ ਸਤਿਗੁਰਾਂ ਦਾ ਹੁਕਮ ਦਿਖਾਉਂਦੇ ਹਾਂ। ਪਹਿਲਾ, ਗੁਰੂ ਅਮਰਦਾਸ ਸਾਹਿਬ ਨੇ ਆਪਣੇ ਪੋਤੇ ਦੇ ਜਨਮ ਪਰ ਆਨੰਦ ਬਾਣੀ ਉਚਾਰਨ ਕੀਤੀ ਔਰ ਸਿੱਖਾਂ ਨੂੰ ਹੁਕਮ ਦਿੱਤਾ ਕਿ ਸੰਤਾਨ ਦੇ ਜਨਮ ਵੇਲੇ ਇਸ ਬਾਣੀ ਦਾ ਪਾਠ ਹੋਵੇ, ਜਿਸ ਦੇ ਅਨੁਸਾਰ ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਪਰ ਗੁਰੂ ਅਰਜਨ ਸਾਹਿਬ ਨੇ ਗੁਰਮਰਿਆਦਾ ਕੀਤੀ, ਜੋ ਇਸ ਸ਼ਬਦ ਤੋਂ ਸਿੱਧ ਹੈ।
दसी मासी हुकम बालक जन्म लिया, मिटिया सोग महा आनंद थिया, गुरबाणी सखी आनंद गावे, साचे साहिब के मन भावे, वदी वेल बहु पीड़ी चाली, धर्म कला हर बंद बहाली। और आप दे मत विच जो शुद्धि लई गोमूत्र और पंचगव्य दिता जाता है उसका सन्मान इतने तो ही देख सकते हो कि जिस लंगर विच गोहे का चौंका दिता जावे उत्थे महाप्रसाद कड़ा प्रसाद तैयार नहीं किया जाता। और यह रीत अज की नहीं सतगुरां दे वेले तो चली आई है, इसकी पुष्टि लई देखो अठ अंक विच प्रमाण। दूजा, पहले नौ सतगुरां दे वेले चरणामृत दिता जांदा सी जो आप दे जनेऊ पाउण दे संस्कार दे मुकाबले विच है। यह संस्कार आप दे मत तो इस वास्ते विरुद्ध है कि चारे वर्ण इकट्ठे सतगुरां दा चरणामृत पींदे से, जिस पर भाई गुरदास जी का वचन है, चरण धोए रह रास कर चरणामृत सिखां पिलाया, चारे पैर धर्म दे चार वर्ण इक वर्ण कराया। असी सतगुरां दी कोई जाति नहीं मानते, पर आप दे ख्याल अनुसार गुरु साहिब छत्री से, छत्री दा चरणामृत। आप दे धर्मशास्त्र अनुसार ब्राह्मण कदे भी नहीं सी पी सकदा, और चरणामृत दा पहला परवृत करना ही इस लई सी कि जाति अभिमान दी जड़ पुट दित्ती जावे। फिर ऐसे चरणामृत संस्कार नू दसवें पातशाह ने खंडे दे अमृत विच बदल दिता, और अमृत छकाउण वेले जो कलगीधर ने उपदेश दिता है उस तो साफ पाया जाता है कि सिख कौम एक वखरी कौम है। तीजा, आनंद दी रीति गुरु रामदास साहिब दे समय तो प्रचलित है। एक जरूरी फुटनोट, एक चालाक हिंदू पंडित अज्ञानी सिखां नू धोखा देण लई लिखदा है कि आनंद पढ़ के विआह नहीं करना चाहिदा क्योंकि आनंद बाणी विच लिखिया है आनंद भया मेरी माए। इस पाठ तो इस्त्री मां बन जाती है। असी इस दे उत्तर विच इह आखदे हां कि आनंद बाणी विवाह पद्धति विच दसी हुई रीति दी तरह वर पठनीय मंत्र नहीं है, और ना इत्थे माए पद दा अर्थ जननी है। पर पंडित जी नूं हेठ लिखे बचना पर जरूर ध्यान देना चाहिए। पहला सोम, गंधर्व और अग्नि, यह तिन्ने देवते इस्त्री दे पति हुंदे हन। फिर चौथे दर्जे मनुष्य पति बनता है। देवतियां दी भोगी हुई देव इस्त्री देव भगतां दी मां है जां कुछ होर। कई पंडित बुद्धू आदमियों नूं अर्थ करके दसदे हन कि पति पद दा अर्थ रक्षक है। असी इस पर यह आखदे हां कि जेकर देवते केवल रक्षक हन और पति खसम नहीं तां हुण पुरश भी रक्षक पति ही रहे, अर्थात सन्मान नाल इस्त्री नूं संभाल रखे, होर किसी तरह दा ग्रहस्त व्यवहार ना करे। असी यह भी पुछदे हां कि जे पति दा अर्थ खसम नहीं तां इस वाक दा की अर्थ है। पूर्व सत्रिय सुरै भुक्ता सोम गंधर्व वन पी। और मनु एक होर बात आखदे हन, ओ भी सुनन लायक है। वीर रूप करके पति इस्त्री दे गर्भ विच प्रवेश करदा है और पुत्र रूप होके जामदा है, इस करके इस्त्री माई कहौंदी है। पंडित जी नू खोज करनी चाहिदी है कि एक पुत जम्मे पिछों कितने शरदावाना ने माई नू इस्त्री समझ के संतान उत्पन्न कीती है, अर कितनिया ने जननी भाव रख के पूज्य मन्या है। गुरगद्दी पर विराजन तो पहला चाहे सतगुरां दे संस्कार हिंदू मत अनुसार हुंदे रहे हन, पर गुरु शरण आउण पिछों एक रीति भी अन्य मत अनुसार नहीं हुई, जिसका प्रमाण गुरबाणी तो पूरा मिलता है। जिन्हां इतिहासकारां ने ज्ञानवश होके प्रमाद अथवा कुसंगत करके अपनी काव्य रचना द्वारा गुरु रीति तो विरुद्ध संस्कारां दा होना लिखिया है, वह मनन लायक नहीं, क्योंकि गुरबाणी तो वध के साडे मत विच कोई पुस्तक शरदा योग नहीं। फुटनोट समाप्त हुंदा है। सतगुरां ने छंद घोड़ियां लावां आदिक इसे वास्ते रचियां हन, और आप जी दी जो यह शंका है कि इना विच केवल परमार्थ है सो सही नहीं। गुरबाणी विच परमार्थ और व्यवहार भोग मोख दोवें हन, और शब्दां दी रचना दस रही है कि यह खास करके आनंद संस्कार वास्ते रचे गए हैं। यथा हम कर साजन आए साचे मेल मिलाए। दूजा, साहा गणै न करै विचार। तीजा,
ਧਨ ਪਿਰ ਏ ਨਾ ਆਖੀਅਨ ਬਹਿਨ ਇਕੱਠੇ ਹੋਏ ਏਕ ਜੋਤ ਦੁਏ ਮੂਰਤੀ ਧਨ ਪਿਰ ਕਹੀਐ ਸੋਈ। ਚੌਥਾ ਹੋਰ ਮਨਮੁਖ ਦਾਜ ਜੀ ਰੱਖ ਦਿਖਾ ਲੇ ਸੋ ਕੂੜ ਅਹੰਕਾਰ ਕੱਚ ਪਾਜੋ। ਪੰਜਵਾਂ ਕਹੋ ਨਾਨਕ ਮੈਂ ਵਰ ਕਰ ਪਾਇਆ ਮੇਰੇ ਲਾਥੇ ਜੀ ਸਗਲ ਵਿਸੂਰੇ। ਔਰ ਆਨੰਦ ਦੇ ਪ੍ਰਮਾਣ ਲਈ ਦੇਖੋ ਗੁਰ ਪ੍ਰਤਾਪ ਸੂਰਿਆ ਜੀ ਤੀਜੀ ਰਾਸ ਦੇ 38ਵੇਂ ਅਧਿਆਏ ਵਿੱਚ ਜ਼ਿਕਰ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਕ ਸਿੱਖ ਦੀ ਕੰਨਿਆ ਨਾਲ ਕਾਨ ਸਿੰਘ ਦਾ ਆਨੰਦ ਪੜਾਇਆ ਔਰ ਪੰਜਾਂ ਪਿਆਰਿਆਂ ਵਿੱਚੋਂ ਸਿਰੋਮਈ ਭਾਈ ਦਇਆ ਸਿੰਘ ਜੀ ਆਪਣੇ ਰਹਿਤਨਾਮੇ ਵਿੱਚ ਲਿਖਦੇ ਹਨ ਆਨੰਦ ਬਿਨਾ ਵਿਵਾਹ ਨਾ ਕਰੇ। ਚੌਥਾ ਚਲਾਣਾ ਮ੍ਰਿਤਕ ਕਿਰਿਆ ਸੰਸਕਾਰ ਆਦਿ ਤੋਂ ਹੀ ਸਿੱਖਾਂ ਵਿੱਚ ਹਿੰਦੂਆਂ ਤੋਂ ਵੱਖਰਾ ਹੈ ਜਿਸ ਦੇ ਪ੍ਰਮਾਣ ਇਹ ਹਨ। ਪਹਿਲਾ ਗੁਰੂ ਨਾਨਕ ਸਾਹਿਬ ਆਗਿਆ ਕਰਦੇ ਹਨ ਕਿ ਪ੍ਰਾਣੀ ਦੇ ਸੰਸਕਾਰ ਵੇਲੇ ਇਹ ਸ਼ਬਦ ਪੜ੍ਹਨਾ ਧੰਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੇ ਲਾਇਆ ਮੋਹਲਤ ਪੁਨੀ ਭਾਈ ਭਰੀ ਜਾਨੀੜਾ ਘੱਤ ਚਲਾਇਆ ਸਾਹਿਬ ਸਿਮਰੋ ਮੇਰੇ ਭਾਈਓ ਸਭਨਾ ਇਹ ਪਿਆਣਾ ਇੱਥੇ ਧੰਦਾ ਕੂੜਾ ਚਾਰ ਦੀਹਾਂ ਆਗੇ ਸਰਪਰ ਜਾਣਾ ਰੋਵਣ ਸਗਲ ਬਿਕਾਰੋ ਗਾਫਲ ਸੰਸਾਰੋ ਮਾਇਆ ਕਾਰਨ ਰੋਵੈ ਚੰਗਾ ਮੰਦਾ ਕਿਛ ਸੂਝੈ ਨਾਹੀ ਇਹੋ ਧਨ ਐਵੇਂ ਖੋਵੈ ਇੱਥੇ ਆਇਆ ਸਭ ਕੋ ਜਾਸੀ ਕੂੜ ਕਰੋ ਅਹੰਕਾਰੋ ਨਾਨਕ ਰੂਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ। ਦੂਜਾ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਦਾ ਸੰਸਕਾਰ ਕਰਕੇ ਕੜਾਹ ਪ੍ਰਸ਼ਾਦ ਵਰਤਾਇਆ। ਤੀਜਾ ਭਾਈ ਮਨੀ ਸਿੰਘ ਜੀ ਭਗਤ ਰਤਨਾਵਲੀ ਵਿੱਚ ਲਿਖਦੇ ਹਨ ਕਿ ਹਿੰਦੂ ਬ੍ਰਾਹਮਣ ਆਦਿਕ ਸਿੱਖਾਂ ਪਰ ਇਹ ਤਰਕ ਕਰਦੇ ਹਨ ਕਿ ਤੁਸੀਂ ਮਰਨ ਦੀ ਕਿਰਿਆ ਤਿਆਗ ਕੇ ਅਰਦਾਸ ਤੇ ਕੜਾਹ ਮ੍ਰਿਤਕ ਤੇ ਖਾਂਵਦੇ ਹੋ। ਚੌਥਾ ਭਾਈ ਚੋਪਾ ਸਿੰਘ ਜੀ ਆਪਣੇ ਰਹਿਤਨਾਮੇ ਵਿੱਚ ਲਿਖਦੇ ਹਨ ਪ੍ਰਾਣੀ ਕਾ ਸਰੀਰ ਅੰਤ ਹੋਵੇ ਤਾਂ ਕੀਰਤਨ ਕਰਾਵੇ ਸਾਥ ਪ੍ਰਸਾਦ ਲੈ ਜਾਏ। ਪੰਜਵਾਂ ਗੁਰਪ੍ਰਤਾਪ ਸੂਰਿਆ ਦੀ ਤੀਜੀ ਰੁੱਤ ਦੇ 50ਵੇਂ ਅਸੂ ਵਿੱਚ ਲਿਖਿਆ ਹੈ ਮਰੇ ਸਿੱਖ ਤੇ ਕਰੇ ਕੜਾ ਤਿਸ ਕੁਟੰਬ ਰੁਦਨੈ ਬਹੁ ਨਾ ਪੜੈ ਸ਼ਬਦ ਕੀਰਤਨ ਕੋ ਕਰੈ ਸੁਨੈ ਬੈਠ ਬੈਰਾਗ ਸੋ ਧਰੈ। ਛੇਵਾਂ ਭਾਈ ਚੋਪਾ ਸਿੰਘ ਜੀ ਲਿਖਦੇ ਹਨ ਗੁਰੂ ਕਾ ਸਿੱਖ ਭੱਦਣ ਨਾ ਕਰਾਵੇ। ਸੱਤਵਾਂ ਗੁਰਸੋਭਾ ਦੇ 5ਵੇਂ ਧਿਆ ਵਿੱਚ ਬਚਨ ਹੈ ਭੱਦਣ ਤਿਆਗ ਕਰੋ ਹੇ ਭਾਈ ਸਭ ਸਿੱਖਣ ਇਹ ਬਾਤ ਸੁਣਾਈ ਸੰਗਤ ਭੱਦਣ ਮਤ ਕਰੋ ਛੁਰਾ ਨਾ ਲਗਾਓ ਸੀਸ ਮਾਤ ਪਿਤਾ ਕੋ ਮਰੈ ਸਤਿਗੁਰ ਕਰੀ ਹਦੀਸ। ਇਹਨਾਂ ਪ੍ਰਮਾਣਾਂ ਤੋਂ ਆਪ ਦੇਖ ਸਕਦੇ ਹੋ ਕਿ ਸਿੱਖ ਮਤ ਦੇ ਸੰਸਕਾਰ ਅੱਜ ਕੱਲ੍ਹ ਦੇ ਸਿੱਖਾਂ ਦੇ ਮਨ ਕਲਪਤ ਨਹੀਂ ਬਲਕਿ ਸਤਿਗੁਰਾਂ ਦੇ ਹੁਕਮ ਅਨੁਸਾਰ ਆਦਿ ਕਾਲ ਤੋਂ ਹੁੰਦੇ ਆਏ ਹਨ। ਹਿੰਦੂ ਮੰਨਿਆ ਕਿ ਆਪ ਦੇ ਸੰਸਕਾਰ ਸਤਿਗੁਰਾਂ ਦੇ ਹੁਕਮ ਅਨੁਸਾਰ ਹਿੰਦੂ ਮਤ ਤੋਂ ਭਿੰਨ ਹਨ ਪਰ ਕੇਸ ਕੱਛ ਆਦਿਕ ਜੋ ਆਪ ਦੇ ਚਿੰਨ੍ਹ ਹਨ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਸ ਜੰਗ ਦੇ ਮੌਕੇ ਵਾਸਤੇ ਤਜਵੀਜ਼ ਕੀਤੇ ਸੀ। ਉਹਨਾਂ ਦੀ ਇਹ ਮਨਸ਼ਾ ਨਹੀਂ ਸੀ ਕਿ ਸਿੱਖ ਇਹਨਾਂ ਨੂੰ ਸਦੈਵ ਧਾਰਨ ਕਰਨ ਔਰ ਨਾ ਪਹਿਲੇ ਨੂੰ ਸਤਿਗੁਰਾਂ ਨੇ ਕੇਸ ਰੱਖੇ ਹਨ। ਸਿੱਖ ਆਪ ਨੂੰ ਗੁਰੂ ਸਾਹਿਬ ਦੀ ਮਨਸ਼ਾ ਕਿਸ ਤਰ੍ਹਾਂ ਮਾਲੂਮ ਹੋਈ ਕਿ ਉਹ ਅਮਨ ਦੇ ਵੇਲੇ ਕੇਸ ਕਿਰਪਾਨ ਕੱਛ ਆਦਿਕ ਰਖਾਉਣੇ ਨਹੀਂ ਚਾਹੁੰਦੇ ਸਨ? ਇਸ ਵਿਸ਼ੇ ਉੱਤੇ ਆਪ ਪਾਸ ਕੀ ਪ੍ਰਮਾਣ ਹੈ? ਜੇ ਆਪ ਦੇ ਕਹਿਣੇ ਅਨੁਸਾਰ ਇਹ ਗੱਲ ਮੰਨ ਲਈਏ ਕਿ ਗੁਰੂ ਸਾਹਿਬ ਨੇ ਇਹ ਚਿੰਨ੍ਹ ਕੇਵਲ ਜੰਗ ਦੇ ਮੌਕੇ ਵਾਸਤੇ ਤਜਵੀਜ਼ ਕੀਤੇ ਸਨ, ਤਦ ਇਹ ਕਿਸ ਤਰ੍ਹਾਂ ਨਿਸ਼ਚਾ ਕੀਤਾ ਜਾਵੇ ਕਿ ਹੁਣ ਜੰਗ ਦਾ ਕੋਈ ਮੌਕਾ ਹੀ ਨਹੀਂ ਹੈ? ਵੇਖੋ, ਯੂਰਪ ਦੇ ਮਹਾਨ ਜੰਗ ਦਾ ਕਿਸੇ ਨੂੰ ਸੁਪਨ ਵੀ ਨਹੀਂ ਸੀ ਜੋ ਅਚਾਨਕ ਹੋ ਗਿਆ। ਪਿਆਰੇ ਹਿੰਦੂ ਭਾਈ, ਹੁਣ ਵੀ ਲੱਖ ਤੋਂ ਵਧੇਰੇ ਖਾਲਸਾ ਦੇਸ਼ ਅਤੇ ਰਾਜ ਦੀ ਰੱਖਿਆ ਵਾਸਤੇ ਫੌਜੀ ਸੇਵਾ ਕਰ ਰਿਹਾ ਹੈ ਔਰ ਖਾਲਸਾ ਧਰਮ ਦੇ ਨਿਯਮਾਂ ਅਨੁਸਾਰ ਸਾਰੇ ਅੰਮ੍ਰਿਤਧਾਰੀ ਯੁੱਧ ਵਿਦਿਆ ਦੇ ਗਿਆਤਾ ਕਿਰਪਾਨਧਾਰੀ ਮਹਾਨ ਯੋਧਾ ਸਿਪਾਹੀ ਹਨ ਔਰ ਆਪ ਦਾ ਇਹ ਆਖਣਾ ਅਸੱਤਯ ਹੈ ਕਿ 9 ਗੁਰੂ ਕੇਸਾਧਾਰੀ ਨਹੀਂ ਹੋਏ, ਸਾਡੇ 10 ਗੁਰੂ ਹੀ ਕੇਸ ਰੱਖਦੇ ਰਹੇ ਹਨ, ਕਿਸੇ ਨੇ ਵੀ ਮੁੰਡਨ ਨਹੀਂ ਕਰਵਾਇਆ। ਇੱਕ ਜ਼ਰੂਰੀ ਫੁੱਟਨੋਟ, ਚਾਹੇ ਰਾਮਚੰਦਰ ਕ੍ਰਿਸ਼ਨ ਜੀ ਆਦਿਕ ਅਵਤਾਰਾਂ ਰਿਖੀ ਮੁਨੀਆਂ ਔਰ ਪੈਗੰਬਰਾਂ ਨੇ ਕੇਸ ਰੱਖੇ ਹਨ ਔਰ ਪੁਰਾਣੇ ਜ਼ਮਾਨੇ ਵਿੱਚ ਮੁੰਡਨ ਦੀ ਰੀਤੀ ਨਹੀਂ ਸੀ, ਪਰ ਅਸੀਂ ਵੇਦ ਸ਼ਾਸਤਰਾਂ ਦੇ ਹਵਾਲੇ ਦੇ ਕੇ ਕੇਸਾਂ ਦਾ ਸਿੱਧ ਕਰਨਾ ਕੋਈ ਫਕਰ ਨਹੀਂ ਸਮਝਦੇ।
ਗੁਰਮਤ ਦੇ ਪ੍ਰੇਮੀ ਸਭ ਜਾਣਦੇ ਹਨ ਕਿ ਕੇਸ ਕਿਰਪਾਨ ਆਦਿਕ ਚਿੰਨ੍ਹਾਂ ਦਾ ਰੱਖਣਾ ਸਤਿਗੁਰਾਂ ਨੇ ਕਿਸ ਲਾਭ ਨੂੰ ਵਿਚਾਰ ਕੇ ਵਿਧਾਨ ਕੀਤਾ ਹੈ। ਫੁੱਟਨੋਟ ਸਮਾਪਤ। ਗੁਰਬਾਣੀ ਤੋਂ ਕੇਸ ਸਿੱਧ ਹੁੰਦੇ ਹਨ। ਕੈਸਾ ਨਾ ਕਰ ਬੀਜਣਾ ਸੰਤ ਚੌਰ ਟੁਲਾਵੋ। ਦੂਜਾ, ਕੈਸਾ ਨਾ ਕਰ ਚਵਰ ਟੁਲਾਣਾ ਚਰਨ ਧੂੜ ਮੁਖ ਲਾਈ। ਤੀਜਾ, ਟਹਿਲ ਕਰੋ ਤੇਰੇ ਦਾਸ ਕੀ ਪਗ ਚਾਰੋ ਬਾਲ। ਚੌਥਾ, ਕੇਸ ਸੰਗ ਦਾਸ ਪਗ ਚਾਰੋ ਇਹ ਮਨੋਰਥ ਮੋਰ। ਪੰਜਵਾਂ, ਹਰ ਹਰ ਨਾਮ ਦ੍ਰਿੜਾਇਓ ਗੁਰ ਮੀਠਾ ਗੁਰ ਪਗ ਚਾਰੋ ਹਮ ਬਾਲ। ਕਿਉਂ? ਹਿੰਦੂ ਭਾਈ ਸਾਹਿਬ, ਚੌਰ ਔਰ ਪੱਖੇ ਦਾ ਕੰਮ ਬੋਧੀ ਵੀ ਦੇ ਸਕਦੀ ਹੈ, ਔਰ ਆਪ ਪਾਸ ਅਜਿਹਾ ਇੱਕ ਪ੍ਰਮਾਣ ਵੀ ਨਹੀਂ ਜੋ ਸਾਬਤ ਕਰਦਾ ਹੋਵੇ ਕਿ ਸਤਿਗੁਰਾਂ ਕੇਸ ਨਹੀਂ ਰੱਖੇ। ਹਿੰਦੂ, ਆਪ ਨੇ ਜੋ 14 ਪ੍ਰਕਰਣ ਮੈਨੂੰ ਸੁਣਾ ਕੇ ਹਿੰਦੂ ਧਰਮ ਦੇ ਨਿਯਮ ਪ੍ਰਗਟ ਕੀਤੇ ਹਨ, ਇਸ ਤੋਂ ਜਾਪਦਾ ਹੈ ਕਿ ਪ੍ਰੇਮੀ ਜੀ, ਆਪ ਸਾਡੇ ਧਰਮ ਤੋਂ ਪੂਰੇ ਜਾਣੂ ਨਹੀਂ। ਹਿੰਦੂ ਧਰਮ ਦੇ ਆਲਮਗੀਰ 7 ਅਸੂਲ ਇਹ ਹਨ ਜਿਨ੍ਹਾਂ ਨੂੰ ਸਭ ਵਿਦਵਾਨ ਮੰਨਦੇ ਹਨ, ਔਰ ਇਹਨਾਂ ਅਸੂਲਾਂ ਨੂੰ ਸਿੱਖ ਵੀ ਆਪਣੇ ਨਿਯਮ ਜਾਣਦੇ ਹਨ। ਇਸ ਕਰਕੇ ਅਸੀਂ ਤੁਸੀਂ ਦੋ ਨਹੀਂ ਹੋ ਸਕਦੇ। 7 ਨਿਯਮ। ਪਹਿਲਾ, ਵੇਦਾਂ ਨੂੰ 7 ਔਰ ਹਿੰਦੂ ਧਰਮ ਦਾ ਆਧਾਰ ਮੰਨਣਾ। ਦੂਜਾ, ਆਸਤਕਤਾ ਰੱਖਣੀ ਅਰਥਾਤ ਜੀਵ ਈਸ਼ਵਰ ਦਾ ਅਨਾਦੀਪਣਾ ਔਰ ਪੁੰਨ ਪਾਪ ਦਾ ਫਲ ਸੁਰਗ ਨਰਕ ਮੰਨਣਾ। ਤੀਜਾ, ਆਵਾਗਮਨ ਮੰਨ ਕੇ ਮੁਕਤੀ ਦੀ ਇੱਛਾ ਕਰਨੀ। ਚੌਥਾ, ਵਰਣ ਆਸ਼ਰਮ ਨੂੰ ਹਿੰਦੂ ਕੌਮ ਦਾ ਭੂਸ਼ਣ ਸਮਝਣਾ। ਪੰਜਵਾਂ, ਮੁਰਦਿਆਂ ਨੂੰ ਫੂਕਣਾ। ਛੇਵਾਂ, ਗਊ ਰੱਖਿਆ ਕਰਨੀ। ਤੇ ਸੱਤਵਾਂ, ਛੂਤ ਛਾਤ ਦੇ ਵਿਸ਼ਵਾਸੀ ਹੋਣ। ਸਿੱਖ, ਇਹਨਾਂ 7 ਨਿਯਮਾਂ ਬਾਬਤ ਸਾਡਾ ਸਮੁੱਚਾ ਉੱਤਰ ਇਹ ਹੈ ਕਿ ਕਿਸੇ ਮਤ ਨਾਲ 1-2 ਨਿਯਮ ਮਿਲ ਜਾਣ ਕਰਕੇ ਏਕਤਾ ਨਹੀਂ ਹੋਇਆ ਕਰਦੀ, ਔਰ ਹਰੇਕ ਨਿਯਮ ਬਾਬਤ ਭਿੰਨ ਭਿੰਨ ਨਿਰਣਾ ਇਸ ਤਰ੍ਹਾਂ ਹੈ। ਪਹਿਲਾ, ਸਿੱਖਾਂ ਦੇ ਧਰਮ ਦਾ ਆਧਾਰ ਵੇਦ ਨਹੀਂ। ਦੂਜਾ, ਆਸਤਕਤਾ ਕੇਵਲ ਹਿੰਦੂਆਂ ਵਿੱਚ ਹੀ ਨਹੀਂ ਬਲਕਿ ਜੋ ਮਤ ਪਰਮੇਸ਼ਵਰ ਔਰ ਕਿਸੇ ਖਾਸ ਪੁਸਤਕ ਦੇ ਮੰਨਣ ਵਾਲੇ ਹਨ ਉਹ ਸਭ ਆਸਤਕ ਹਨ, ਔਰ ਸਿੱਖ ਧਰਮ ਵਿੱਚ ਵਾਹਿਗੁਰੂ ਤੋਂ ਛੁੱਟ ਹੋਰ ਕੋਈ ਅਨਾਦੀ ਨਹੀਂ, ਔਰ ਪੁੰਨ ਪਾਪ ਦਾ ਫਲ ਸੁੱਖ ਔਰ ਦੁੱਖ ਸਾਰੇ ਆਸਤਕ ਲੋਕ ਮੰਨਦੇ ਹਨ। ਤੀਜਾ, ਆਵਾਗਮਨ ਸਿੱਖ ਔਰ ਹਿੰਦੂ ਹੀ ਨਹੀਂ ਮੰਨਦੇ, ਸਗੋਂ ਪ੍ਰਾਚੀਨ ਸਮੇਂ ਵਿੱਚ ਮਿਸਰ ਔਰ ਯੂਨਾਨ ਨਿਵਾਸੀ ਵੀ ਇਸ ਬਾਤ ਦੇ ਵਿਸ਼ਵਾਸੀ ਹਨ, ਔਰ ਇੰਗਲਿਸਤਾਨ ਦਾ ਡਰੂਇਡ ਪਾਦਰੀ ਤਥਾ ਪੀਥਾਗੋਰਸ, ਐਮਪੀਡੋਕਲਸ ਆਦਿਕ ਫਿਲਾਸਫਰ ਵੀ ਆਵਾਗਮਨ ਮੰਨਣ ਵਾਲੇ ਹੋਏ ਹਨ। ਚੌਥਾ, ਵਰਣ ਆਸ਼ਰਮ ਬਾਬਤ ਦੇਖੋ ਇਸ ਪੁਸਤਕ ਦਾ ਅੰਗ 2। ਪੰਜਵਾਂ, ਮੁਰਦੇ ਫੂਕਣੇ ਅਰੋਗਤਾ ਦਾ ਖਿਆਲ ਕਰਕੇ ਬਹੁਤ ਉੱਤਮ ਹਨ, ਪਰ ਇਹ ਸਿੱਖ ਧਰਮ ਦਾ ਨਿਯਮ ਨਹੀਂ ਹੈ। ਸ੍ਰੀ ਗੁਰੂ ਅਰਜਨ ਸਾਹਿਬ ਅਤੇ ਮਾਤਾ ਗੰਗਾ ਜੀ ਦਾ ਸਰੀਰ ਜਲ ਪ੍ਰਵਾਹ ਕੀਤਾ ਗਿਆ ਸੀ, ਔਰ ਮੁਰਦੇ ਹਿੰਦੂ ਹੀ ਨਹੀਂ ਫੂਕਦੇ ਬਲਕਿ ਪੁਰਾਣੇ ਜ਼ਮਾਨੇ ਵਿੱਚ ਯੂਨਾਨ ਔਰ ਰੂਮ ਵਿੱਚ ਵੀ ਚਿਤਾ ਬਣਾ ਕੇ ਮੁਰਦੇ ਫੂਕੇ ਜਾਂਦੇ ਸਨ, ਔਰ ਇਸ ਵਿੱਦਿਆ ਦੇ ਸਮੇਂ ਵਿੱਚ ਬਹੁਤ ਯੂਰਪ ਨਿਵਾਸੀ ਮੁਰਦਿਆਂ ਦਾ ਫੂਕਣਾ ਚੰਗਾ ਸਮਝਣ ਲੱਗੇ ਹਨ, ਔਰ ਹਿੰਦੂਆਂ ਵਿੱਚ ਵੀ ਯੋਗੀ ਸੰਨਿਆਸੀ ਆਦਿਕ ਅਨੇਕ ਫਿਰਕੇ ਹਨ ਜੋ ਮੁਰਦਿਆਂ ਨੂੰ ਦੱਬਦੇ ਹਨ, ਔਰ ਅਨੰਤ ਹਿੰਦੂ ਗੰਗਾ ਆਦਿਕ ਨਦੀਆਂ ਵਿੱਚ ਮੁਰਦੇ ਪਰਵਾਉਂਦੇ ਹਨ। ਐਸੀ ਹਾਲਤ ਵਿੱਚ ਕੌਣ ਹਿੰਦੂ ਆਖ ਸਕਦਾ ਹੈ ਕਿ ਮੁਰਦੇ ਜਲਾਉਣੇ ਹਿੰਦੂ ਧਰਮ ਦਾ ਨਿਯਮ ਹੈ। ਛੇਵਾਂ, ਗਊ ਸਾਡੇ ਦੇਸ਼ ਲਈ ਲਾਭਦਾਈ ਹੈ, ਇਸ ਦੀ ਜਿਤਨੀ ਵੀ ਰੱਖਿਆ ਔਰ ਯੋਗ ਕਦਰ ਕੀਤੀ ਜਾਵੇ ਸੋ ਥੋੜੀ ਹੈ, ਔਰ ਸਿੱਖ ਇਸ ਨੂੰ ਪੁਰਾਣਾ ਜਿਹਾ ਪਿਆਰ ਕਰਦੇ ਹਨ, ਪਰ ਗੁਰਮਤ ਵਿੱਚ ਗਊ ਦੀ ਕਦਰ ਔਰ ਬੇਕਦਰੀ ਹਿੰਦੂਆਂ ਜਿਹੀ ਨਹੀਂ, ਅਰਥਾਤ ਨਾ ਗਊ ਦਾ ਗੋਹਾ ਔਰ ਮੂਤ ਪੀਂਦੇ ਖਾਂਦੇ ਹਨ, ਔਰ ਨਾ ਗੋਬਰ ਦਾ ਚੌਂਕਾ ਦਿੰਦੇ ਹਨ, ਔਰ ਨਾ ਵੇਦ ਵਿਧੀ ਅਨੁਸਾਰ ਗੋਮੇਦ ਯੱਗ ਕਰਨ ਨੂੰ ਤਿਆਰ ਹਨ, ਔਰ ਨਾ ਪ੍ਰਾਹੁਣਿਆਂ ਨੂੰ ਗੋਗਨ ਨਾਉਂ ਲੈ ਕੇ ਬੁਲਾਉਂਦੇ ਹਨ। ਸੱਤਵਾਂ, ਛੂਤ ਛਾਤ ਦਾ ਭਰਮ ਸਿੱਖਾਂ ਵਿੱਚ ਮੁੱਢੋਂ ਨਹੀਂ ਹੈ। ਪਿਆਰੇ ਹਿੰਦੂ ਜੀ, ਆਪ ਦਾ ਇਹਨਾਂ ਨਿਯਮਾਂ ਨੂੰ ਆਲਮਗੀਰ ਆਖਣਾ ਕੇਵਲ ਅਗਿਆਨ ਹੈ। ਜੇ ਵਿਚਾਰ ਕੇ ਦੇਖਿਆ ਜਾਵੇ ਤਾਂ ਹਿੰਦੂ ਧਰਮ ਦਾ ਕੋਈ ਨਿਯਮ ਅਜਿਹਾ ਨਹੀਂ ਜੋ ਅਤਿ ਵਿਆਪਤੀ, ਅਵਿਆਪਤੀ ਔਰ ਅਸੰਭਵ ਇਹਨਾਂ ਤਿੰਨਾਂ ਦੂਸ਼ਣਾਂ ਤੋਂ ਰਹਿਤ ਹੋਵੇ। ਜਿਸ ਤਰ੍ਹਾਂ ਹਿੰਦੂਆਂ ਦੇ ਦੇਵਤੇ ਔਰ ਧਰਮ ਪੁਸਤਕ ਅਨੰਤ ਹਨ, ਇਸੇ ਤਰ੍ਹਾਂ ਧਰਮ ਦੇ ਨਿਯਮ ਵੀ ਬੇਅੰਤ ਹਨ। ਸ੍ਰੀ ਰਾਮ ਚੰਦਰ, ਵਸ਼ਿਸ਼ਠ, ਵਿਸ਼ਵਾਮਿੱਤਰ, ਪਰਸ਼ੁਰਾਮ, ਕ੍ਰਿਸ਼ਨ, ਯੁਧਿਸ਼ਟਰ ਆਦਿਕ ਕੇਸ ਔਰ ਦਾਹੜੀ ਰੱਖਣ ਵਾਲੇ ਅਮੁੰਡਿਤ ਵੀ ਹਿੰਦੂ ਹਨ, ਔਰ ਬੋਧੀ ਤਥਾ ਬੋਧੀ ਰਹਿਤ ਸਾਫ਼
ਚੱਟਮ ਵੀ ਹਿੰਦੂ ਹਨ। ਵੇਦਾਂ ਦੇ ਵਿਸ਼ਵਾਸੀ ਵੀ ਹਿੰਦੂ ਔਰ ਵੇਦਾਂ ਨੂੰ ਭੰਡ ਨਿਸਾਚਰਾਂ ਦਾ ਰਚਿਆ ਹੋਇਆ ਮੰਨਣ ਵਾਲੇ ਆਚਾਰੀਆ ਦੀ ਸੰਪਰਦਾਇ ਵੀ ਹਿੰਦੂ ਹੈ। ਸਭ ਜੀਵਾਂ ਤੋਂ ਸ਼੍ਰੋਮਣੀ ਜੋ ਮਨੁੱਖ ਹੈ ਉਸ ਨੂੰ ਵੱਢ ਕੇ ਯੱਗ ਵਿੱਚ ਹਵਨ ਕਰਨ ਵਾਲੇ ਵੀ ਹਿੰਦੂ ਹਨ ਔਰ ਕੀੜੀ ਦੇ ਪੈਰ ਹੇਠ ਦੱਬ ਕੇ ਮਰਨ ਤੋਂ ਡਰਨ ਵਾਲੇ ਵੀ ਹਿੰਦੂ ਹਨ। ਚੂਹੇ ਕੁੱਤੇ ਕਣ ਖਜੂਰੇ ਆਦਿਕ ਦੀ ਪੂਜਾ ਕਰਨ ਵਾਲੇ ਵੀ ਹਿੰਦੂ ਹਨ ਔਰ ਪਰਮੇਸ਼ਰ ਨੂੰ ਸਹੇ ਦੇ ਸਿੰਘਾਂ ਦੀ ਤਰ੍ਹਾਂ ਅਣਹੋਇਆ ਸਮਝਣ ਵਾਲੇ ਵੀ ਹਿੰਦੂ ਹਨ। ਭਾਵ ਇਹ ਹੈ ਕਿ ਹਿੰਦੂ ਧਰਮ ਦੀ ਅਗਾਧ ਕਥਾ ਹੈ ਜਿਸ ਦੇ ਲਿਖਣ ਲਈ ਸਾਡੀ ਕਲਮ ਅਸਮਰਥ ਹੈ ਔਰ ਸਭ ਤੋਂ ਵੱਧ ਕੇ ਅਨੋਖੀ ਗੱਲ ਇਹ ਹੈ ਕਿ ਹਿੰਦੂ ਮਤ ਤੋਂ ਛੁੱਟ ਆਪ ਸੰਸਾਰ ਦੇ ਕਿਸੇ ਮਤ ਵਿੱਚ ਇਹ ਨਹੀਂ ਦੇਖੋਗੇ ਕਿ ਉਸਦਾ ਧਾਰਮਿਕ ਨਾਂ ਉਸਦੇ ਧਰਮ ਪੁਸਤਕ ਵਿੱਚ ਨਾ ਹੋਵੇ ਔਰ ਕਿਸੇ ਅਨਿਯ ਧਰਮੀ ਦਾ ਕਲਪਿਆ ਹੋਇਆ ਨਾਂ ਅੰਗੀਕਾਰ ਕਰੇ। ਇਸ ਵਿਸ਼ੇ ਉੱਤੇ ਇੱਕ ਮਜ਼ਮੂਨ 16 ਅਪ੍ਰੈਲ 1913 ਦੇ ਸਿਵਲ ਮਿਲਟਰੀ ਗਜ਼ਟ ਵਿੱਚ ਛਪਿਆ ਹੈ ਜਿਸ ਦਾ ਖੁਲਾਸਾ ਆਪ ਨੂੰ ਸੁਣਾਉਣਾ ਯੋਗ ਹੈ। ਇਸ ਗੱਲ ਤੋਂ ਪਹਿਲਾਂ ਕਿ ਹਿੰਦੂਆਂ ਦੀ ਬਾਬਤ ਕੁਝ ਬਿਆਨ ਕੀਤਾ ਜਾਵੇ, ਯੋਗ ਪ੍ਰਤੀਤ ਹੁੰਦਾ ਹੈ ਕਿ ਵਾਹ ਲੱਗਦੇ ਹਿੰਦੂ ਦਾ ਲੱਛਣ ਕਰੀਏ ਕਿ ਹਿੰਦੂ ਕਿਸ ਨੂੰ ਆਖਦੇ ਹਨ। ਇਹੋ ਇੱਕ ਐਸਾ ਸ਼ਬਦ ਹੈ ਜਿਸ ਪਰ ਕਈ ਸੂਬਿਆਂ ਅਤੇ ਰਿਆਸਤਾਂ ਦੇ ਮਨੁੱਖ ਸੰਖਿਆ ਕਰਨ ਵਾਲੇ ਅਫਸਰਾਂ ਨੇ ਬੜੀ ਮਿਹਨਤ ਨਾਲ ਨਿਰਣਾ ਕੀਤਾ ਹੈ ਪਰ ਸਭ ਦਾ ਆਪੋ ਵਿੱਚ ਹੀ ਵਿਰੋਧ ਹੈ। ਮੁਸਲਮਾਨ, ਈਸਾਈ, ਸਿੱਖ, ਪਾਰਸੀ, ਬੋਧ ਅਤੇ ਜੈਨੀਆਂ ਦਾ ਲੱਛਣ ਕਰਨਾ ਸੌਖੀ ਗੱਲ ਹੈ ਪਰ ਜਦ ਹਿੰਦੂਆਂ ਦਾ ਲੱਛਣ ਕਰਨ ਲੱਗੀਏ ਤਦ ਭਾਰੀ ਔਖ ਜਾਪਦਾ ਹੈ। ਗੇਟ ਸਾਹਿਬ ਕਮਿਸ਼ਨਰ ਮਰਦਮ ਸ਼ੁਮਾਰੀ ਨੇ ਲਿਖਿਆ ਹੈ ਕਿ ਹਿੰਦੂ ਉਹ ਹਨ ਜੋ ਵੱਡੇ ਵੱਡੇ ਦੇਵਤਿਆਂ ਨੂੰ ਪੂਜਦੇ ਹਨ, ਹਿੰਦੂ ਮੰਦਰਾਂ ਵਿੱਚ ਜਾਣ ਅਤੇ ਚੜਾਵਾ ਦੇਣ ਦੇ ਹੱਕਦਾਰ ਹਨ ਅਰ ਜਿਨ੍ਹਾਂ ਦੇ ਛੂਹਣ ਨਾਲ ਦੂਜੇ ਲੋਕ ਅਪਵਿੱਤਰ ਨਹੀਂ ਹੋ ਸਕਦੇ। ਕੋਚੀਨ ਦੇ ਸੁਪਰਟੈਂਡੈਂਟ ਕਹਿੰਦੇ ਹਨ ਕਿ ਉੱਪਰ ਲਿਖੇ ਲੱਛਣ ਮਾਲਾਬਾਰ ਦੇ ਆਮ ਹਿੰਦੂਆਂ ਪਰ ਨਹੀਂ ਘਟਦੇ ਅਰ ਆਪ ਹਿੰਦੂ ਦਾ ਇਹ ਲੱਛਣ ਕਰਦੇ ਹਨ ਕਿ ਹਿੰਦੂ ਉਹ ਹੈ ਜੋ ਜਾਤ ਪਾਤ ਨੂੰ ਮੰਨਦਾ ਹੈ। ਮੈਸੂਰ ਦੇ ਸੁਪਰਟੈਂਡੈਂਟ ਆਖਦੇ ਹਨ ਕਿ ਹਿੰਦੂ ਉਹ ਹੈ ਜੋ ਪਰਮੇਸ਼ਰ ਨੂੰ ਮੰਨਦਾ ਹੈ ਔਰ ਨਿਸ਼ਚਾ ਰੱਖਦਾ ਹੈ ਕਿ ਇਸ ਜੀਵਨ ਅਥਵਾ ਪਿਛਲੇ ਜਨਮ ਦੇ ਕੀਤੇ ਸ਼ੁਭ ਕਰਮਾਂ ਕਰਕੇ ਉਹ ਕਿਸੇ ਦਿਨ ਐਸੀ ਪਦਵੀ ਪਾਊਗਾ ਜਿਸ ਦੇ ਤੁਲ ਦੁਨੀਆਂ ਵਿੱਚ ਕੋਈ ਵਸਤੂ ਨਹੀਂ। ਟਰਾਵਨ ਕੋਰ ਦੇ ਸੁਪਰਡੈਂਡੈਂਟ ਸਾਹਿਬ ਵੀ ਹਿੰਦੂ ਉਸ ਨੂੰ ਆਖਦੇ ਹਨ ਜੋ ਕਰਮਾਂ ਤੇ ਭਰੋਸਾ ਰੱਖਣ ਵਾਲਾ ਹੈ। ਬਲੰਟ ਸਾਹਿਬ ਨੇ ਬਹੁਤ ਨਿਰਣਾ ਕਰਕੇ ਇਹ ਸਿੱਟਾ ਕੱਢਿਆ ਹੈ ਕਿ ਹਿੰਦੂ ਉਹ ਹੈ ਜੋ ਇਸ ਭਾਰਤ ਖੰਡ ਦਾ ਅਸਲ ਵਸਨੀਕ ਹੈ ਔਰ ਜਿਸ ਵਿੱਚ ਗੈਰ ਮੁਲਕ ਦੀ ਨਸਲ ਦਾ ਮੇਲ ਨਹੀਂ ਔਰ ਜੋ ਬ੍ਰਾਹਮਣ ਨੂੰ ਗੁਰੂ ਮੰਨਦਾ ਹੈ ਔਰ ਗਾਂ ਦੀ ਇੱਜ਼ਤ ਕਰਦਾ ਹੈ, ਘੱਟ ਤੋਂ ਘੱਟ ਗਊ ਨੂੰ ਮਾਰਨਾ ਜਾਂ ਦੁੱਖ ਦੇਣਾ ਪਾਪ ਸਮਝਦਾ ਹੈ। ਅੰਤ ਵਿੱਚ ਬਲੰਟ ਸਾਹਿਬ ਇਹ ਗੱਲ ਵੀ ਲਿਖਦੇ ਹਨ ਕਿ ਇਹ ਲੱਛਣ ਵੀ ਹਿੰਦੂਆਂ ਦਾ ਪੂਰਾ ਨਹੀਂ ਹੈ ਔਰ ਵਾਸਤਵ ਵਿੱਚ ਹਿੰਦੂ ਮਜ਼ਹਬ ਦੀ ਕੋਈ ਹੱਦ ਨਹੀਂ ਔਰ ਬੇਹੱਦ ਨੂੰ ਹੱਦ ਵਿੱਚ ਲਿਆ ਨਹੀਂ ਸਕਦੇ। ਬਲੰਟ ਸਾਹਿਬ ਦੇ ਇਸ ਉੱਪਰ ਲਿਖੇ ਲੱਛਣ ਨੂੰ ਹਰੇਕ ਆਦਮੀ ਮੰਨਣ ਲਈ ਤਿਆਰ ਨਹੀਂ ਬਲਕਿ ਇਹ ਬਿਆਨ ਵੇਦ ਦੇ ਰਚਣ ਵਾਲਿਆਂ ਨੂੰ ਵੀ ਅਸ਼ਚਰਜ ਕਰ ਦੇਣ ਵਾਲਾ ਹੈ। ਇਲਾਹਾਬਾਦ ਦੇ ਸੂਬੇ ਵਿੱਚ ਕਈ ਫਿਰਕੇ ਐਸੇ ਹਨ ਜੋ ਨਾਸਤਕ ਹਨ, ਮੁਰਦੇ ਦੱਬਦੇ ਹਨ, ਬ੍ਰਾਹਮਣਾਂ ਦੀ ਇੱਜ਼ਤ ਨਹੀਂ ਕਰਦੇ ਔਰ ਕਈ ਬ੍ਰਾਹਮਣਾਂ ਨੂੰ ਬੁਲਾਉਂਦੇ ਹਨ ਔਰ ਮੁਰਦੇ ਫੂਕਦੇ ਹਨ, ਕਈ ਦੱਬਦੇ ਹਨ, ਚਮਾਰ ਗਾਂ ਖਾਂਦੇ ਹਨ ਔਰ ਹਿੰਦੂਆਂ ਵਿੱਚ ਹੀ ਗਿਣੇ ਜਾਂਦੇ ਹਨ। ਸਿਧਾਂਤ ਇਹ ਹੈ ਕਿ ਜੇ ਕੋਈ ਹਿੰਦੂ ਸ਼ਬਦ ਦੀ ਅਸਲੀਅਤ ਸਮਝਣ ਵਾਸਤੇ ਮਰਦਮ ਸ਼ੁਮਾਰੀ ਦੇ ਅਫਸਰਾਂ ਦੀਆਂ ਰਿਪੋਰਟਾਂ ਤੇ ਨੋਟਾਂ ਨੂੰ ਪੜ੍ਹ ਕੇ ਤਸੱਲੀ ਕਰਨੀ ਚਾਹੇ ਤਦ ਕੁਛ ਨਹੀਂ ਹੋ ਸਕਦੀ। ਉਸਦੀ ਹਿੰਦੂਆਂ ਬਾਬਤ ਉਤਨੀ ਹੀ ਜਾਂਚ ਰਹੋ ਜਿਤਨਾ ਕਿ ਇਸ ਨੂੰ ਕਿਤਾਬਾਂ ਪੜ੍ਹਨ ਤੋਂ ਪਹਿਲਾਂ ਸੀ। ਹਿੰਦੂ ਆਪ ਧਾਰਮਿਕ ਨਿਯਮਾਂ ਔਰ ਰੀਤੀਆਂ ਕਰਕੇ ਚਾਹੇ ਸਾਥੋਂ ਵੱਖਰੇ ਹੋ ਪਰ ਨੀਤੀ ਦੇ ਵਿਚਾਰ ਨਾਲ ਅਸੀਂ ਇੱਕ ਹਾਂ ਕਿਉਂਕਿ ਸਿੱਖਾਂ ਦਾ ਕੋਈ ਵੱਖਰਾ ਕਾਨੂੰਨ ਸਿੱਖ ਲਾਅ ਨਹੀਂ ਕਿੰਤੂ ਹਿੰਦੂ ਕਾਨੂੰਨ ਹਿੰਦੂ ਲਾਅ ਅਨੁਸਾਰ ਹੀ ਸਭ ਫੈਸਲੇ ਹੁੰਦੇ ਹਨ ਔਰ ਸਿੱਖਾਂ ਨੂੰ ਹਿੰਦੂ ਲਾਅ ਅਨੁਸਾਰ ਹੀ ਚੱਲਣਾ ਪੈਂਦਾ ਹੈ। ਇਸ ਵਾਸਤੇ ਹਿੰਦੂਆਂ ਤੋਂ ਅਲੱਗ ਨਹੀਂ ਹੋ ਸਕਦਾ। ਸਿੱਖ ਪਿਆਰੇ ਹਿੰਦੂ ਜੀ, ਆਪ ਦਾ ਹਿੰਦੂ ਲਾਅ ਜੋ ਧਰਮ ਸ਼ਾਸਤਰ ਅਨੁਸਾਰ ਅਸਲ ਕਾਨੂੰਨ ਹੈ ਅੱਜ ਕੱਲ੍ਹ ਕਿਤੇ ਵੀ ਨਹੀਂ ਵਰਤਿਆ ਜਾਂਦਾ। ਜੇ ਕਦੇ ਉਹ ਪ੍ਰਚਲਿਤ ਹੁੰਦਾ ਤਾਂ ਬਹੁਤਿਆਂ ਦੇ ਨੱਕ, ਕੰਨ, ਹੱਥ, ਪੈਰ ਕੱਟੇ ਹੋਏ ਦਿਖਾਈ ਦਿੰਦੇ ਔਰ ਕਿਤਨਿਆਂ ਦੇ ਮੂੰਹ, ਕੰਨਾਂ ਵਿੱਚ ਤੱਤਾ ਤੇਲ ਔਰ ਸਿੱਕਾ ਪੈਂਦਾ ਨਜ਼ਰ ਆਉਂਦਾ। ਕਾਨੂੰਨ ਹਮੇਸ਼ਾ ਸਮੇਂ ਦੇ ਹੇਰ ਫੇਰ ਕਰਕੇ ਰਿਵਾਜ ਔਰ ਰਸਮ ਦੇ ਅਨੁਸਾਰ ਰਾਜਾ ਦੀ ਸੰਮਤੀ ਨਾਲ ਬਦਲਦਾ ਰਹਿੰਦਾ ਹੈ, ਜਿਹਾ ਕਿ ਆਪ ਦਾ ਅੱਜ ਕੱਲ੍ਹ ਹਿੰਦੂ ਕਾਨੂੰਨ ਪਰਵਿਰਤ ਹੈ ਔਰ ਸਿੱਖਾਂ ਦੇ ਬਹੁਤ ਫੈਸਲੇ ਰਿਵਾਜ ਅਨੁਸਾਰ ਹੀ ਹੁੰਦੇ ਹਨ। ਇਸੇ ਲਈ
कस्टमेरली लॉ बनाया गया है और आप नू ए भी मालूम होना चाहिदा है कि हिंदू ईसाई मुसलमान आदि का ने अपना अपना धर्म थाप दे ही व्यवहारिक कानून नहीं बना ले सन बल्कि इना मतां दियां धर्म पुस्तकां भी चिर पिछों लिखिया गईयां हन। ज्यों ज्यों समय अनुसार कानून की लोड़ पई त्यों तो बुद्धिवाना ने नीति दे प्रबंध स्थापन कर दिते जिसका नाम उस मत का कानून बन गया। इसी तरह सिख ला भी वाहिगुरु की दया करके छेती तैयार हो जाऊगा जिहा कि मालविंदर बहादुर महाराजा रिपु दमन सिंह साहेब नाभापति जी दे पुरशार्थ नाल आनंद मैरिज एक्ट बन गया है। गुरबाणी अर रहतनाम्या विचों सूत्र रूप करके सिखां दा कानून पहला लिखिया गया है, हुण केवल समय अनुसार विस्थार दी लोड़ है। एक जरूरी फुटनोट, हजरत ईसा दे मरन पिछों दूसरी सदी दे अंत विच अंजील लिखी गई है, बल्कि यूहन्ना दी अंजील तीसरी सदी विच तैयार हुई है और कुरान भी मोहम्मद साहिब दे पिछों हाफिजा नूं इकट्ठे करके खलीफा उमर ने लिखवाया है। फुटनोट समाप्त। आप दी इस शंका तो पहला सर लैपल ग्रिफिन इशारे नाल सिख ला बनाउन लई प्रेरदे हन और ए भी प्रगट करदे हन कि सिखां वास्ते हिंदू ला वरतना अयोग है। सिखां ने हिंदू धर्म छड्ड दिता है, इस वास्ते हिंदुआं दा कानून भी नाल ही छुट गया है और सिखां नूं हिंदू कानून दा हवाला देना उहो जिहा है जिस तरह कोई मुसलमान सिख बन के शरा मुहम्मदी दा हवाला देवे। हिंदू, आप दियां सब बातां पर विचार करके मैं यही गल मानदा हां कि तुसी हिंदू नहीं, पर लंमी सोचन तों सिखां दा हिंदुआं नालों वखरा होना लाभदायी नहीं दसदा। पहला यह कि आपस विच विरोध वधदा है, दूजे सिखां दी तादाद थोड़ी है। जे सिख हिंदू कौम तों जो इस वेले बड़ी समर्थावान है वक्ख हो जाण तां भारी हानि हो सकदी है। बुद्धिवाणा दा कहना है कि जिथों तोड़ी हो सके अपनी समर्था वधाउणी चाहिए। सिख प्यारे हिंदू भाई साहिब, यह गल आप डूंगी विचार नाल नहीं आख रहे और पुराने इतिहासां नूं ध्यान नाल विचार के और दूजियां कौमां जिस तरह अलग हो के प्रबल होईयां हन उन्हां कारणां नूं सिख कौम दी हालत नाल टाकरा करके नहीं देखदे। मेरे प्रेमी जी, कोई कौम भी संसार पर स्वतंत्र होए बिना पूरी उन्नति नहीं कर सकी। जद तोड़ी कोई कौम किसी कौम की शाख बन के रही है तद तोड़ी गुलामी दशा विच रही है और वादे दे थाओं घाटा हुंदा रहिया है। एक जरूरी फुटनोट, ईसाई जद ताई यहूदियां तो अलग नहीं होए तद तोड़ी मंद दशा विच रहे, बल्कि एक बार ईसाई मत संसार पर नाम मात्र रह गया सी। अंत नूं ईसाइयां ने सोच समझ के अपने ताई अलग किया और इत्थों ताई जुदाई करी कि खुदा दे हुकम तो विरुद्ध शनिचरवार दे थाओं ऐतवार नूं पवित्र दिन थापिया। इसे तरह मुसलमान भी अमली तौर ते पुराने धर्मां तों जिन्हां विच हजरत मुहम्मद ने उन्हां नूं साजिया सी अलग होए बिना पूरी उन्नति नहीं कर सके। फुटनोट समाप्त। गुरु साहिब दा सानू सब तो मुख उपदेश एकता और परस्पर प्रेम दा है जिसनू असी कदी भी विसार नहीं सकते और सब कौमां नाल पड़ोसियां जिहा प्यार करदे हां और उन्हां दी हानि और लाभ अपनी हानि और लाभ जानदे हां, पर धार्मिक और समाजिक नियम अनुसार एक नहीं हो सकते, बल्कि असी तजर्बे नाल वेख्या है कि हिंदू कौम नाल एक मिक होण करके सिखां दी भारी हानि होई है और नित हो रही है। पहला, अनेका सिख खानदान मोने हो गए हैं, खास करके जो महाराजा रंजीत सिंह वेले सिख बने सन उन्हां विच्चों बहुत ही पुराने भाईचारे विच जा मिले। दूजा, अनेका ने मोनिया नाल साख संबंध करके अपने पवित्र धर्म नूं त्याग दिता है और सिखां नूं परचाउण लई आखदे हन कि सिखी मन तों धारण करनी चाहिए। केस कच्छ आदिक चिन्ना और अमृत विच सिखी थोड़ा बज्जी है। आपनू मालूम रहे कि ऐसा कहण वाले मन तो भी सिख नहीं हन, केवल दूसरियां पर सिखी दे ख्याल प्रगट करके होरना नू फसाउण दे यतन विच हन। तीजा, सिखां दा बहुत धन हर साल ब्राह्मणा दे घर व्यर्थ जा रहा है जिस तों सिख कौम नू कुछ भी लाभ नहीं। देखो, पिछले गंगा दे कुंभ पर 1,00,000 सिख तीर्थ यात्रा पर गया। जे एक आदमी पिछे घट तो घट 10 रुपए खर्च दे लाइए तो 10,00,000 रुपया केवल एक मेले का जुड़ता है जो साड़ी भोली कौम ने व्यर्थ गुआ दिता।
जे इस रुपए नाल सिख लड़कियां वास्ते कॉलेज बन जांदा तां कौम नूं इतना लाभ पहुंचदा और जे यतीम खाने खोले जांदे तां किहा चंगा हुंदा। इसी तरह जम्मणे और मरने पर नित लखां रुपया सिख कौम दा बर्बाद हो रहा है। जे इह कौम दी रकम कौम विच ही शुभ कारजां पर खर्ची कीती जावे तां कितनी तरक्की हो सकती है। चौथा, हिंदुआं दी तरफों नित इह यतन हुंदा है कि सिक्खी दे निशान मिटाए जाण और सिखां नूं हिंदू मत विच ही लीन कीता जावे। दृष्टांत लई देखो, जद कोई अग्ञानी सिख श्राद्ध करौंदा जां गया आदिक तीर्थां पर ब्राह्मणा दे धक्के चढ़दा है तां पहलां कच्छ और कड़े नूं विदायगी दित्ती जांदी है, जिस दा भाव इह है कि सिक्खी दे चिन्ह धार के उह हिंदू रीति नहीं करा सकदा। पर जे सिख हिंदू धर्म पर भरोसा ही ना रखण तां हिंदुआं दी इह समर्था नहीं कि सिखां दे घर जा के उहनां दे धार्मिक चिन्ह दूर कर देण। और आपने जो आख्या है कि सिख कौम दा हिंदुआं तो जुदा होना विरोध दा कारण है, सो भी सही नहीं, क्योंकि सिख किसे नाल विरोध नहीं करदे। ओहो सतगुर दे इना बचना पर निश्चा करके सब संसार दे जीवां नूं अपना प्यारा समझदे हन। सबको मीत हम आपन कीना, हम सब ना के साजन। दूजा, तुमरी कृपा ते सबको अपना, मन में है एह बिचारियो। तीजा, ना को बैरी नहीं बिगाना, सगल संग हम को बन आई। चौथा, रोस ना काहू संग करहो, आपन आप विचार। पंजवा, मंदा किसे ना आख झगड़ा पावना। छेवा, गुरमुख वैर विरोध गवावै। सतवा, मन अपने ते बुरा मिटाना, पेखै सगल सृष्ट साजना। प्यारे भाई, यह कहावत प्रसिद्ध है कि ताड़ी दोहां हत्थां नाल वजदी है। सो जे कोई अकारण सिखां नाल विरोध करे तां इस पास्यों शांति होण करके आपे ही विरोध शांत है। दृष्टांत लई देखो, जब सिखां नूं हिंदुआं ने मुसलमान हाकमां पास फड़ के पेश कीता और कतल करवाया और केसां वाले सिर वढ के हाकमां पास भेज के इनाम हासिल कीते, उस वेले भी सिखां ने हिंदुआं नाल वैर करन दी थां उहनां दी बहु बेटियां दे छुड़ाउण वास्ते और इस देश तों अधर्म और जुल्म हटाउण लई अपना लहू वहाया और गुरु ग्रंथ साहिब जी दे इस बचन पर अमल कीता। फरीदा बुरे दा भला कर, गुस्सा मन ना हडाए, देही रोग ना लगई, पल्ले सब किश पाए। और असी ए भी चंगी तरह जानदे हां कि हिंदुआं दा साडे नाल कोई वैर नहीं सगो प्रेम है और ओह साडे सतगुरां दे उपकारां नूं अच्छी तरह जानदे हन और असी भी सदैव उहनां दा भला चाहुंदे हां। विरोध दा कारण सिर्फ ओह आदमी हन जिन्हां नूं खुदगर्जी रूप भूत लग्या होया है और जो सिख कौम नूं अपना दास बना के खिस्से भरने चाहुंदे हन। उहनां नूं भरोसा हो गया है कि जे सिख कौम साडे हत्थों जांदी रही तां आमदन दा भारी हिस्सा मारिया जाऊ। इही लोक जगह जगह रौला मचा के उपाधि छेड़ रहे हैं और विरोध फैला रहे हैं। जे वाहिगुरु इन्हां नूं समत देवे तां कमाई करके खाण नूं चंगा समझण और बगाने हक नूं हराम जानण, फिर आप ही सारे झगड़े मिटे पए हैं। इन्हां स्वार्थी लोकां ने ही पोथियां छाप के और अखबारां विच मजमून दे के ही सिद्ध करन दा यतन कीता है कि सिख हिंदू हैं। भला कोई विचारवान सोचे कि जे सिख अपने आप नूं अहिंदू कहिंदे हन तां किसे दा की विगड़दा है। हां, जे सिख हिंदुआं नूं आखण कि तुसी हिंदू नहीं तां बेशक झगड़े दी गल है। जे कोई इह आखे कि हिंदू सिखां नाल हमदर्दी करदे हन और उहनां नूं अपने तों वखरा हुंदा देख के दुख मानदे हन तां इह गल भी निरी झूठ है, क्योंकि चारे पासियां तों सिखां नूं मलिया मेट करन लई जो हिंदुआं दी तरफों यतन हो रहा है सो किसे तों गुज्जा नहीं। कोई हिंदू एक दृष्टांत लई तां दसे कि फलाने सिख नूं धर्म तों पतित हुंदे किसे हिंदू ने बचाया है। इस दे विरुद्ध असी हजारां दृष्टांत विखा सकदे हां कि कितनिया सिखां दे हिंदुआं ने केस दूर कीते, कईयां नूं हुक्के दी धूप दित्ती, कईयां दे कृपान कच्छ उतरवा के संकल्प कराए, कितनिया ही गुरमंदरां विच पुराणियां सिख धर्म दियां रीतां हटा के अपने घंटियां दी घनघोर मचा के भोले सिखां नूं इंद्र जाल नाल मोहित कीता। कई गुरुद्वारियां दियां जायदादां अपने नाम करवा के अज सिखी तो इनकारी और आकी होए बैठे हैं। एहो जहे आप नूं होर की प्रसंग सुनाइए।
ਜੋ ਸਿੱਖ ਧਰਮ ਦੀ ਸ੍ਰਿਸ਼ਟੀ ਵਿੱਚ ਇਹਨਾਂ ਮਹਾਂਕੋਤਕੀਆਂ ਨੇ ਉਲਟ ਪੁਲਟ ਕੀਤਾ ਹੈ। ਐਸੀ ਹਾਲਤ ਵਿੱਚ ਕੌਣ ਬੁੱਧੀਮਾਨ ਆਖ ਸਕਦਾ ਹੈ ਕਿ ਹਿੰਦੂਆਂ ਦੀ ਤਰਫੋਂ ਹਮਦਰਦੀ ਦੇ ਖਿਆਲ ਕਰਕੇ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਜੇ ਕਿਤੇ ਸਿੱਖਾਂ ਦਾ ਕੁਝ ਹਿੱਸਾ ਸਰਕਾਰੀ ਫੌਜ ਵਿੱਚ ਔਰ ਵਾਹਿਗੁਰੂ ਦੀ ਦਇਆ ਕਰਕੇ ਜਿਹਾ ਕਿ ਹੁਣ ਨਿੱਤ ਨਵਾਂ ਵਿਦਿਆ ਦਾ ਪ੍ਰਕਾਸ਼ ਹੋ ਰਿਹਾ ਹੈ ਨਾ ਹੁੰਦਾ ਤਾਂ ਹੁਣ ਨੂੰ ਆਪ ਸਿੱਖ ਧਰਮ ਕਾਗਜ਼ਾਂ ਵਿੱਚ ਹੀ ਦੇਖਦੇ। ਪਰ ਅਕਾਲ ਪੁਰਖ ਦਾ ਧੰਨਵਾਦ ਹੈ ਕਿ ਉਸਨੇ ਕਿਰਪਾ ਕਰਕੇ ਇਹ ਗੱਲ ਸੁਝਾਈ ਹੈ ਕਿ ਇਸ ਸਮੇਂ ਸਾਨੂੰ ਆਪਣੀ ਧਾਰਮਿਕ ਔਰ ਵਿਵਹਾਰਕ ਦਸ਼ਾ ਸੁਧਾਰਨੀ ਚਾਹੀਏ ਔਰ ਸਤਿਗੁਰਾਂ ਦੇ ਪਵਿੱਤਰ ਬਚਨਾਂ ਪਰ ਭਰੋਸਾ ਕਰਕੇ ਸਿੱਖ ਕੌਮ ਬਣ ਕੇ ਸੰਸਾਰ ਪਰ ਆਪਣੀ ਹਸਤੀ ਕਾਇਮ ਰੱਖਣੀ ਚਾਹੀਏ। ਔਰ ਪਿਆਰੇ ਹਿੰਦੂ ਭਾਈ, ਆਪ ਨੂੰ ਨਿਸ਼ਚਾ ਰਹੇ ਕਿ ਜੇ ਸਿੱਖ ਆਪ ਦੀ ਅਭਿਲਾਖਾ ਅਨੁਸਾਰ ਆਪਣੇ ਤਾਈਂ ਹਿੰਦੂ ਵੀ ਕਲਪ ਲੈਣ ਤਦ ਵੀ ਇਸ ਦੇਸ਼ ਦਾ ਕੁਛ ਉਪਕਾਰ ਨਹੀਂ ਹੋ ਸਕਦਾ, ਕਿਉਂਕਿ ਜਿੱਥੇ ਸੈਂਕੜੇ ਫਿਰਕੇ ਅੱਗੇ ਹਿੰਦੂ ਕਹਾਉਂਦੇ ਹਨ ਉੱਥੇ ਇੱਕ ਨੰਬਰ ਹੋਰ ਸ਼ਾਮਲ ਹੋਣ ਕਰਕੇ ਹਿੰਦੂਆਂ ਦਾ ਕੀ ਭਲਾ ਹੋ ਸਕਦਾ ਹੈ। ਸਾਡਾ ਦੇਸ਼ ਤਦ ਹੀ ਉੱਨਤ ਹੋ ਸਕਦਾ ਹੈ ਜੇ ਸਭ ਮਜ਼ਹਬਾਂ ਦੇ ਆਦਮੀ ਆਪਣੇ ਆਪਣੇ ਧਰਮਾਂ ਨੂੰ ਜਪਾਨੀਆਂ ਵਾਂਗ ਪੂਰਨ ਰੀਤੀ ਕਰਕੇ ਧਾਰਦੇ ਹੋਏ ਅੰਨ੍ਯ ਧਰਮੀ ਭਾਰਤ ਨਿਵਾਸੀਆਂ ਨੂੰ ਵੀ ਆਪਣਾ ਅੰਗ ਮੰਨਣ ਔਰ ਇੱਕ ਦੀ ਹਾਨੀ ਨੂੰ ਦੇਸ਼ ਦੀ ਹਾਨੀ ਜਾਣਨ ਔਰ ਮਜ਼ਹਬ ਦੇ ਭੇਦ ਨੂੰ ਫੁੱਟ ਦਾ ਕਾਰਨ ਨਾ ਬਣਾਉਣ ਔਰ ਆਪਣੇ ਧਰਮ ਦਾ ਪ੍ਰਚਾਰ ਸਤਿਗੁਰੂ ਨਾਨਕ ਦੇਵ ਦੇ ਪੂਰਨਿਆਂ ਪਰ ਚੱਲਦੇ ਹੋਏ ਇਸ ਰੀਤੀ ਨਾਲ ਕਰਨ ਜਿਸ ਤੋਂ ਪਰਸਪਰ ਈਰਖਾ ਦੁਵੇਸ਼ ਨਾ ਵਧੇ। ਸ੍ਰੀ ਗੁਰੂ ਨਾਨਕ ਪੰਥੀ ਮੇਰੇ ਪ੍ਰੇਮੀ ਭਾਈਓ, ਮੈਨੂੰ ਪੂਰਾ ਭਰੋਸਾ ਹੈ ਕਿ ਆਪ ਉੱਪਰ ਲਿਖੀ ਚਰਚਾ ਪੜ੍ਹ ਕੇ ਆਪਣੇ ਆਪ ਨੂੰ ਸਿੱਖ ਕੌਮ ਮੰਨੋਗੇ ਔਰ ਨਿਰਸੰਦੇਹ ਜਾਣੋਗੇ ਕਿ ਹਮ ਹਿੰਦੂ ਨਹੀਂ ਔਰ ਇਸ ਦੇ ਨਾਲ ਹੀ ਸਭ ਦੇਸ਼ ਭਾਈਆਂ ਨਾਲ ਪਿਆਰ ਵਧਾਉਂਦੇ ਹੋਏ ਸਾਰੇ ਭਾਰਤ ਨਿਵਾਸੀਆਂ ਨੂੰ ਆਪਣਾ ਅੰਗ ਸਮਝੋਗੇ। ਅੱਜ ਹਮ ਹਿੰਦੂ ਨਹੀਂ ਕਿਤਾਬ ਦੀ ਸਮਾਪਤੀ ਇੱਥੇ ਹੁੰਦੀ ਹੈ। ਮੈਂ ਸੰਗਤਾਂ ਪਾਸੋਂ ਮਾਫ਼ੀ ਮੰਗਦੀ ਹਾਂ ਕਿ ਗੁਰਬਾਣੀ ਦੀਆਂ ਤੁੱਕਾਂ ਪੜ੍ਹਦੇ ਹੋਏ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹੋਣਗੀਆਂ। ਸੰਗਤਾਂ ਬਖਸ਼ਣਯੋਗ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।